ਉਹੀ ਲਾਲਾ ਕੈਮਰਾ ਮੈਂ ਤਾਂ ਉਹ ਤਾਂ ਵੇਖ ਲਿਆ ਹੁਣ ਇਹ ਕੁਆਲਿਟੀ ਮੈਂ ਵਿਖਾ ਦਿੰਦਾ ਵਾ ਯਾਰ ਉੱਥੇ ਵਿਖਾ ਦਿੰਦਾ ਫਾਈਨਲ ਮੈਚ ਦੋ ਟੀਮ ਅਤੇ ਡਗਰੂ ਟੀਮ ਦੇ ਵਿਚਕਾਰ ਖੇਡਿਆ ਜਾ ਰਿਹਾ ਹੈਲੋ ਹੈਲੋ ਡਗਰੂ ਦੀ ਟੀਮ ਦਾ ਇੱਕ ਖਿਡਾਰੀ ਰਣੀਆ ਸਾਹਿਬ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਆ ਜੀ ਆਇਆਂ ਕਿਹਾ ਜਾਂਦਾ
ਇੱਥੇ ਗਰਾਊਂਡ ਦੇ ਵਿੱਚ ਹਾਜ਼ਰ ਹੋਏ ਨੇ। ਮੋਢਾ ਲਾ ਕੇ ਇੱਕ ਬਹੁਤ ਬੜਾ ਆਸ਼ੀਰਵਾਦ ਦਿੱਤਾ ਹੈ। ਅਸੀਂ ਬਹੁਤ ਹੀ ਰਿਣੀ ਹਾਂ ਰਣੀਆ ਸਾਹਿਬ ਜੀ ਦੇ, ਔਰ ਇਹ ਜੋ ਟੀਮ ਮੈਚ ਸ਼ੁਰੂ ਹੋ ਰਹੀ ਹੈ, ਮੈਂ ਮਿਸਟਰ ਤਰੁਣ ਜੀ ਨੂੰ ਰਿਕੁਐਸਟ ਕਰਾਂਗਾ। ਤਰੁਣ ਜੀ, ਇਹ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਤਰਫੋਂ ਜੋ ਕਮਾਨ ਤੁਹਾਡੇ ਹੱਥ ਹੈ, ਅੱਜ ਅਸੀਂ ਇਸ ਧਰਤੀ 'ਤੇ ਜੋ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਆਪਣਾ ਇੱਕ ਟੂਰਨਾਮੈਂਟ ਫਸਟ ਅਸੀਂ ਇੱਥੇ ਕਰਵਾਇਆ ਹੈ, ਜਿਸ ਵਿੱਚ ਅੱਜ ਜਿੱਤ ਦਾ ਲਕਸ਼ ਸਾਡਾ ਲਕਸ਼ ਹੈ। ਔਰ ਡੈਗਰੂ ਟੀਮ, ਜਿਨ੍ਹਾਂ ਨੇ ਬਹੁਤ ਅੱਛਾ ਬਹੁਤ ਵਧੀਆ ਮੈਚ ਇਸ ਤੋਂ ਪਹਿਲਾਂ ਆਪਣੀ ਪ੍ਰਦਰਸ਼ਨ ਕੀਤਾ ਬੋਲਿੰਗ ਵਿੱਚ ਔਰ ਬੈਟਿੰਗ ਦੇ ਵਿੱਚ, ਹਰ ਇੱਕ ਪਲੇਅਰ ਜੂਝ ਕੇ ਇਸ ਮੈਚ ਨੂੰ ਜਿੱਤ ਕੇ ਲੈ ਕੇ ਗਿਆ ਹੈ, ਤਾਂ ਮੈਂ ਇਹ ਜਿਹੜਾ ਇੱਕ ਘੰਟੇ ਦਾ ਟਾਈਮ ਹੈ, ਇਹ ਇੱਕ ਬਹੁਤ ਬੜੀ ਚੈਲੇਂਜ ਹੁੰਦੀ ਹੈ। ਇੱਕ ਘੰਟੇ ਦੇ ਵਿੱਚ ਜਿਸ ਨੇ ਜਿੱਤ ਨੂੰ ਆਪਣੀ ਮੁੱਠੀ ਦੇ ਵਿੱਚ ਦੱਬ ਲਿਆ ਔਰ ਲਕਸ਼ ਕਰ ਲਿਆ ਕਿ ਜਿੱਤਣਾ ਹੀ ਇਨਸਾਨ ਦੀ ਪਹਿਲੀ ਪਹਿਚਾਣ ਹੁੰਦੀ ਹੈ, ਤਾਂ ਮੈਂ ਡੋਟ ਟੀਮ ਔਰ ਡਗਰੂ ਟੀਮ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਸਾਡੇ ਬਹੁਤ ਹੀ ਸਤਿਕਾਰਯੋਗ MD ਸਾਹਿਬ ਮਿਸਟਰ ਬਾਲ ਕਿਸ਼ਨ ਬਾਬੇਜਾ ਜੀ ਨਾਲ ਪਹੁੰਚੇ ਸਿੰਘ ਸਾਹਿਬਾਨ ਜੀ ਦਾ ਹਾਰਦਿਕ ਦਿਨੋਂ ਇੱਥੇ ਆਇਆਂ ਨੂੰ ਜਿਉਂ ਆਇਆਂ ਆਖਦਾ। ਅਤੇ ਇਸ ਦੇ ਨਾਲ ਹੀ ਮੈਂ ਅਗਲਾ ਜਿਹੜਾ ਮੈਚ ਸ਼ੁਰੂ ਹੋ ਰਿਹਾ ਹੈ, ਇਹਦੇ ਵਿੱਚ ਇੱਕ ਲਕਸ਼ ਹੁੰਦਾ ਹੈ, ਜਿਹਨੂੰ ਅਗਰ ਅਸੀਂ ਗੱਲ ਕਰਦੇ ਹਾਂ, ਕਹਿੰਦੇ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਨਾਲ, ਦੂਜਾ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਇੱਥੇ ਸ਼ੌਂਕ ਔਰ ਪਿਆਰ ਦੀ ਇੱਕ ਬਹੁਤ ਬੜੀ ਜਿੱਤ ਦੀ ਜੋ ਲੜੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਬਹੁਤ ਧੰਨਵਾਦੀ ਹਾਂ ਡੋਟ ਬੈਵਰੇਜ ਦੀ ਤਰਫੋਂ, ਜਿਹੜੇ ਵੀ ਮੇਰੇ ਵੀਰ ਬਹੁਤ ਹੀ ਇਸ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਬੈਠ ਕੇ, ਇਹ ਪਿੰਡ ਵਾਸੀ ਜਿਨ੍ਹਾਂ ਨੇ ਅੱਜ ਸਾਨੂੰ ਇਹ ਸੰਕੇਤ ਦਿੱਤਾ ਹੈ ਕਿ ਜਿੱਤ ਅਗਰ ਇਨਸਾਨ ਦੇ ਅੰਦਰ ਹੋਵੇ ਤਾਂ ਸਭ ਤੋਂ ਬੜੀ ਜਿੱਤ ਇਹਨਾਂ ਦੀ ਹੈ ਜਿਹੜੇ ਦੀਵਾਰ ਦੇ ਉੱਤੇ ਗਰਮੀ ਦੇ ਟਾਈਮ ਦੇ ਵਿੱਚ ਆਪਣੀ ਮੌਜੂਦਗੀ ਦੇ ਰਹੇ ਨੇ। ਅਤੇ ਇਹਦੇ ਨਾਲ ਹੀ ਮੈਂ ਚਾਹਾਂਗਾ ਕਿ ਮੈਚ ਦੀ ਸ਼ੁਰੂਆਤ ਜਿੱਤ ਦੇ ਨਾਲ, ਹੌਸਲੇ ਦੇ ਨਾਲ ਅਤੇ ਅੱਛੀ ਜੋ ਲੀਡ ਦੇ ਨਾਲ ਹੋਵੇ। ਇਸ ਦੇ ਨਾਲ ਹੀ ਇੱਕ ਜੈਕਾਰਾ ਲਾਵਾਂਗੇ, ਜੋ ਕਿ ਇਸ ਧਰਤੀ, ਅਸੀਂ ਪੰਜਾਬ ਦੀ ਪਾਵਨ ਧਰਤੀ 'ਤੇ ਬੈਠੇ ਹਾਂ ਜਿੱਥੇ ਇਹ ਟੂਰਨਾਮੈਂਟ ਹੋਣ ਜਾ ਰਿਹਾ ਹੈ। ਬਹੁਤ ਵਧੀਆ ਗੇਂਦ, ਬੋਲਰ ਨੇ ਸੋਮਾ ਜੀ ਦੁਆਰਾ ਬਹੁਤ ਵਧੀਆ ਗੇਂਦ ਹੋਈ ਇਸ ਮੈਚ ਦੇ ਵਿੱਚ ਸ਼ੁਰੂਆਤ।
ਬਹੁਤ ਵਧੀਆ ਗੇਂਦ ਬਾਏ ਦੇ ਰਨ ਮਿਲਦੇ ਹੋਏ, ਵਾਈਟ ਬਾਲ, ਵਾਈਟ ਬਾਲ ਦਾ ਇਸ਼ਾਰਾ ਲੈਗ ਅੰਪਾਇਰ ਦੁਆਰਾ। ਬਹੁਤ ਵਧੀਆ ਫੀਲਡਿੰਗ ਰਹੀ ਇੱਥੇ, ਨਿੱਕੇ ਦੁਆਰਾ ਸ਼ੋਟ ਖੇਡਿਆ ਗਿਆ। ਬਹੁਤ ਵਧੀਆ ਬੈਟਿੰਗ ਡਗਰੂ ਟੀਮ ਦੁਆਰਾ। ਬੱਲਾ ਕਮਾਇਆ, ਵਾਈਟ ਬਾਲ, ਬਹੁਤ ਵਧੀਆ ਬੋਲਿੰਗ ਕਰ ਰਹੇ ਨੇ ਸੋਮਾ ਜੀ। ਬਹੁਤ ਵਧੀਆ ਬੋਲ ਪਲੇਟ ਕਰਕੇ ਸਿੰਗਲ ਲੈਂਦੇ ਹੋਏ, ਬਹੁਤ ਵਧੀਆ। ਪਲੇਟ ਕਰਦੇ ਹੋਏ ਥਰਡ ਮੈਨ ਦੀ ਵੱਲ, ਫੀਲਡਰ ਮੌਜੂਦ, ਇੱਕ ਰਨ ਆਉਂਦਾ ਹੋਇਆ। ਬਹੁਤ ਵਧੀਆ ਬੋਲਿੰਗ, ਬਹੁਤ ਵਧੀਆ ਗੇਮ ਫੀਲਡਰ ਦੇ। ਬਹੁਤ ਵਧੀਆ ਗੇਂਦ ਸੋਮਾ ਜੀ ਕਰ ਰਹੇ ਨੇ, ਜੋ ਕਿ ਮੰਨੇ ਤੰਨੇ ਬੋਲਰ। ਬਹੁਤ ਵਧੀਆ ਪਲੇਅਰ ਫੀਲਡਰ ਮੌਜੂਦ, ਬਹੁਤ ਵਧੀਆ ਬੈਟਿੰਗ ਰਹੀ ਤਲਵਿੰਦ। ਇੱਕ ਓਵਰ ਦੀ ਸਮਾਪਤੀ ਤੇ ਪੰਜ ਰਨ, ਇੱਕ ਓਵਰ ਦੀ ਸਮਾਪਤੀ ਤੇ ਬੋਲਰ ਨੇ, ਮੇਰੇ ਬੋਲਰ ਨੇ ਦੱਸ ਦਿਓ। ਬਹੁਤ ਵਧੀਆ ਸ਼ੋਟ, ਫੀਲਡਰ ਮੌਜੂਦ, ਮਿਸ ਫੀਲਡ, ਚਾਰ ਰਨ ਮਿਲਦੇ ਹੋਏ ਡਗਰੂ ਦੀ ਟੀਮ ਨੂੰ, ਚਾਰ ਰਨ ਮਿਸ ਫੀਲਡ ਹੁੰਦੀ ਹੋਈ।
ਬਹੁਤ ਵਧੀਆ ਸ਼ੋਟ, ਹੱਥਾਂ ਦੇ ਵਿੱਚ ਗੇਂਦ, ਮਿਸ ਹੁੰਦੀ ਹੋਈ। ਹਵਾ ਚ ਬਾਲ ਚੱਕ ਦਿੱਤੀ, ਕੋਈ ਫੀਲਡਰ ਮੌਜੂਦ ਨਹੀਂ। ਬਾਉਂਡਰੀ ਤੋਂ ਬਾਹਰ ਜਾਂਦੀ ਗਏ, ਚਾਰ ਰਨ ਮਿਲਦੇ ਹੋਏ ਡਗਰੂ ਟੀਮ ਨੂੰ। ਬਹੁਤ ਵਧੀਆ ਬੈਟਿੰਗ ਦੋਨੋਂ ਪਲੇਅਰਾਂ ਦੀ, ਤਲਵਿੰਦਰ ਐਂਡ ਨਿੱਕਾ, ਜੋ ਕਿ ਤਲਵਿੰਦਰ ਨੇ ਪਿਛਲੇ ਮੈਚ ਦੇ ਵਿੱਚ ਬਹੁਤ ਵਧੀਆ ਬੈਟਿੰਗ ਕੀਤੀ ਸੀ, ਮੈਨ ਆਫ ਦਾ ਮੈਚ ਰਹਿ ਚੁੱਕੇ ਨੇ ਦੋ ਵਾਰੀ। ਪਿੱਛੇ ਦੀ ਤਰਫ ਚੱਕ ਦਿੱਤਾ, ਕੋਈ ਮੌਕਾ ਨਹੀਂ। ਦੋ ਰਨ ਆਉਂਦੇ ਹੋਏ, ਬਹੁਤ ਵਧੀਆ ਗੇਂਦ, ਵਾਈਡ ਬਾਲ ਦਾ ਇਸ਼ਾਰਾ। 17 ਰਨ ਹੁੰਦੇ ਹੋਏ ਡਗਲੂ ਟੀਮ ਦੇ। ਬਹੁਤ ਵਧੀਆ ਸ਼ੋਟ ਖੇਡਿਆ, ਫੀਲਡਰ ਮੌਜੂਦ, ਸਿੰਗਲ ਹੀ ਲੈਣਗੇ। ਬਹੁਤ ਵਧੀਆ ਰਨਿੰਗ ਐਂਡ ਫੀਲਡਿੰਗ ਮੰਗਲ ਦੁਆਰਾ। ਹਵਾ ਚ ਬੋਲ, ਫੀਲਡਰ ਕੀਪਰ ਨੇ ਪਿੱਛੇ ਜਾਂਦੇ ਹੋਏ। ਦੋ ਓਵਰ ਦੀ ਸਮਾਪਤੀ, 18 ਰਨ, ਦੋ ਓਵਰ ਦੀ ਸਮਾਪਤੀ ਤੇ 18 ਰਨ ਹੁੰਦੇ ਹੋਏ ਡਗਲੂ ਟੀਮ ਦੇ ਬਿਨਾਂ ਨੁਕਸਾਨ ਦੇ। ਬਹੁਤ ਵਧੀਆ ਬੈਟਿੰਗ ਚੱਲਦੀ ਪਈ ਹੈ। ਬਹੁਤ ਵਧੀਆ ਬੋਲ, ਮਿਸ ਕਰਾਉਂਦੇ ਹੋਏ। ਅੰਪਾਇਰਿੰਗ ਤੇ ਹਰਜੀਤ ਐਂਡ ਲਵੀ ਜੀ, ਲੈਗ ਅੰਪਾਇਰ ਲਵੀ। ਬਹੁਤ ਵਧੀਆ ਗੇਂਦ, ਮਿਸ ਹੁੰਦੀ ਹੋਈ, ਦੋ ਬੋਲਾਂ ਮਿਸ ਕਰਾਈਆਂ ਇੱਥੇ। ਜਿਹੜੀ ਬੈਟਰੀ ਲੱਗੀ ਉਹ ਲਿਆ ਦੇ, ਇੱਕੀ ਸਾਲੀ ਬੈਟਰੀ। ਹਵਾ ਚ ਬੋਲ, ਬਾਉਂਡਰੀ ਦੇ ਬਾਹਰ ਜਾਂਦੀ ਹੋਈ, 6 ਰਨ, ਬਹੁਤ ਵਧੀਆ। ਕੋਈ 21 ਸਾਲੀ ਨੰਬਰ ਦੀ ਬੈਟਰੀ ਘਰੇ ਪਈ ਕੋਈ? ਹੈਲੋ, ਘਰੇ ਬੈਟਰੀ ਨਹੀਂ ਪਈ 21 ਸਾਲ ਦੀ ਕੋਈ? ਬਹੁਤ ਵਧੀਆ, 6
ਡਾਇਟ ਹੈ ਨਹੀਂ ਗਾ ਭਾਵੇਂ ਲਵਲੀ ਕੋਲ ਆ ਹੈ ਹਾਂ ਤਾਂ ਕੈਮਰਾ ਹੈਗਾ ਇੱਕ ਹੋਰ ਦੋਨਾਂ ਦਾ ਬਹੁਤ ਵਧੀਆ ਯੋਗਦਾਨ ਇਸ ਟੀਮ ਦੇ ਵਿੱਚ ਬੈਟਸਮੈਨ ਦੋਨੋਂ ਬਹੁਤ ਵਧੀਆ ਬੈਟਿੰਗ ਕਰ ਰਹੇ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਪਰ ਵਾਈਡ ਬਾਲ ਵਾਈਡ ਬਾਲ ਦਾ ਇਸ਼ਾਰਾ ਅੰਪਾਇਰ ਹਰਜੀਤ ਦੁਆਰਾ ਵੇਖ ਲਈ ਲੱਗੀ ਵੀ ਹੈ ਕਿ ਨਹੀਂ ਬੱਲਾ ਮਾਇਆ ਬੋਲ ਜਾਂਦੀ ਹੋਈ ਫੀਲਡਰ ਮੌਜੂਦ ਇੱਕ ਰਨ ਲੈਣ ਦੀ ਕੋਸ਼ਿਸ਼ ਲੈ ਲਿਆ ਇੱਕ ਰਨ ਬਹੁਤ ਵਧੀਆ ਸਰੀਰ ਦੇ ਉੱਤੋਂ ਦੀ ਨੰਗੀ ਗੇਂਦ ਵਾਈਡ ਬਾਲ ਹੁੰਦੀ ਹੋਈ ਲੈਗ ਬੈਨ ਨੇ ਦਿੱਤੀ ਬਹੁਤ ਵਧੀਆ ਡੋਟ ਬਾਲ ਕਰਦੇ ਹੋਏ ਇੱਕ ਰਨ ਲੈਣ ਦੀ ਕੋਸ਼ਿਸ਼ ਰਨ ਆਊਟ ਹੋਣ ਦੀ ਸੰਭਾਵਨਾ ਸੀ ਪੂਰੀ ਪਰ ਫਿਲਡਰ ਕੋਈ ਮੌਜੂਦ ਨਹੀਂ ਵਿਕਟ ਕੀਪਿੰਗ ਤੇ ਸ਼ਾਟ ਪਿੱਛੇ ਦੀ ਤਰਫ ਗੇਂਦ ਜਾਂਦੀ ਹੋਈ ਦੋ ਰਨ ਓਵਰ ਦੀ ਸਮਾਪਤੀ 31 ਰਨ ਹੁੰਦੇ ਹੋਏ ਤਿੰਨ ਓਵਰ ਦੀ ਸਮਾਪਤੀ ਤੇ 31 ਰਨ
ਬਹੁਤ ਵਧੀਆ ਬੋਲ। ਦੋ ਸਕੋਰ ਦਾ ਇਸ਼ਾਰਾ ਲਵੀ ਦੁਆਰਾ। ਲਾਸਟ ਮੈਚ ਟੂਰਨਾਮੈਂਟ ਦਾ ਡੋਟ ਟੀਮ ਤੇ ਟੀਮ ਡਬਰੂ ਵਿਚਕਾਰ ਖੇਡਿਆ ਜਾ ਰਿਹਾ ਹੈ। ਲਾਸਟ ਮੈਚ ਟੂਰਨਾਮੈਂਟ ਦਾ ਡੋਟ ਟੀਮ ਤੇ ਡਬਰੂ ਟੀਮ ਵਿਚਕਾਰ ਖੇਡਿਆ ਜਾ ਰਿਹਾ ਹੈ। ਮੈਸਫੀਲਡ ਇੱਕ ਸਕੋਰ ਦਾ ਹੋਰ ਵਾਧਾ। ਦੋ ਰਨ ਦਾ ਇਸ਼ਾਰਾ ਅੰਪਾਇਰ ਦੁਆਰਾ। ਬਹੁਤ ਵਧੀਆ ਮੈਚ, ਟੂਰਨਾਮੈਂਟ ਦੇ ਵਧੀਆ ਮੈਚਾਂ ਵਿੱਚ ਗਿਣਿਆ ਜਾਣ ਵਾਲਾ ਮੈਚ। ਇਹ ਟੂਰਨਾਮੈਂਟ ਪੰਜਾਬ ਲਾਈਵ 1 ਤੇ ਲਾਈਵ ਟੈਲੀਕਾਸਟ ਹੋ ਰਿਹਾ। ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਬਾਲ ਕ੍ਰਿਸ਼ਨ ਬਵੇਜਾ ਜੀ ਦਾ, ਦਵਿੰਦਰ ਸਿੰਘ ਰਣੀਏ ਜੀ ਦਾ, ਬਹੁਤ ਵਧੀਆ ਬੋਲ। 2-22 ਦੇ ਸਕੋਰ, ਅੰਪਾਇਰ ਦਾ ਵਾਰਾ ਇਸ਼ਾਰਾ। ਚਾਰ ਓਵਰ ਦੀ ਸਮਾਪਤੀ ਦੇ 46 ਸਕੋਰ। ਬਹੁਤ ਵਧੀਆ ਲੀਡ ਲੈਂਦੇ ਹੋਏ ਡਬਰੂ ਟੀਮ। ਤਰੁਣ ਸਰ ਬੋਲਿੰਗ 'ਤੇ, ਜੋ ਕਿ ਡੋਟ ਕੰਪਨੀ ਦੇ ਡਾਇਰੈਕਟਰ ਨੇ। ਪਾਣੀ ਰੀਫਰੈਸ਼ਮੈਂਟ ਭੇਜੋ ਜੀ ਡੋਟ ਵੱਲੋਂ।
ਮੰਗੋ ਰੀਫਰੈਸ਼ਮੈਂਟ ਭੇਜ ਲਓ ਜੀ ਡੋਟ ਵੱਲੋਂ। ਬਹੁਤ ਵਧੀਆ ਬੋਲ। ਬਹੁਤ ਵਧੀਆ ਸ਼ੋਟ, 6 ਰਨ ਨਿੱਕੇ ਦੁਆਰਾ 6। ਡੋਟਸ ਓਪਨਿੰਗ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਖੋਸਾ ਰਣਧੀਰ ਬੋਲ। ਜੋ ਕਿ 100% ਕੈਫੇਨ ਫਰੀ ਪ੍ਰੋਡਕਟ ਲੈ ਕੇ ਪੰਜਾਬ ਦੀ ਧਰਤੀ 'ਚ ਆਏ ਨੇ, ਡੋਟਸਮ ਕੰਪਨੀ ਦੇ MD ਸਾਹਿਬ ਸ਼੍ਰੀ ਬਾਲ ਕ੍ਰਿਸ਼ਨ ਬਵੇਜਾ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਆਪਣੇ ਦਰਮਿਆਨ ਪਹੁੰਚੇ ਨੇ। ਅਸੀਂ ਉਹਨਾਂ ਦਾ ਇੱਥੇ ਆਇਆ ਨੂਰ ਇੰਟਰਪ੍ਰਾਈਜ਼ ਵੱਲੋਂ ਜੀ ਆਇਆਂ ਕਹਿੰਦੇ ਹਾਂ। ਤਿੰਨ ਸਕੋਰ ਆਪਣੇ ਕੀਮਤੀ ਸਮੇਂ ਵਿੱਚੋਂ ਸਮੇਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ। ਬਹੁਤ ਵਧੀਆ ਸ਼ੋਟ, 6 ਰਨ ਤਲਵਿੰਦਰ ਦੁਆਰਾ, ਬਹੁਤ ਵਧੀਆ ਸ਼ੋਟ। ਦੋ ਵਾਰ ਸ਼ੋਸ਼ਨ ਦੇ ਬੈਸਟ ਪਲੇਅਰ ਰਹਿ ਚੁੱਕੇ ਨੇ ਤਲਵਿੰਦਰ ਜੀ, ਡਗਰੂ ਵੱਲੋਂ ਖੇਲ ਰਹੇ ਨੇ। ਰੀਫਰੈਸ਼ਮੈਂਟ ਡੋਟਸ ਓਪਨਿੰਗ ਵੱਲੋਂ ਓਵਰ ਹੋ ਲੈਣ ਦੇ ਬਾਈ, ਇੱਕ ਮਿੰਟ ਖੜ ਜਾ। ਬਹੁਤ ਵਧੀਆ ਸ਼ੋਟ, 6, 6 ਰਨ ਬੋਲ ਬਾਉਂਡਰੀ ਤੋਂ ਪਾਰ। ਅਗਲੀ ਬੋਲ ਜੀ ਬੋਲ ਦੋ, ਬਹੁਤ ਵਧੀਆ ਸ਼ੋਟ ਤਲਵਿੰਦਰ ਦੁਆਰਾ। ਅਸੀਂ ਡੋਟ ਪਰਿਵਾਰ ਵੱਲੋਂ ਸਾਰੇ ਡਿਸਟ੍ਰੀਬਿਊਟਰਾਂ ਦਾ ਇੱਥੇ ਆਇਆ ਜੀ ਆਇਆ ਕਹਿੰਦੇ ਹਾਂ। ਅਸੀਂ ਖਾਲਸਾ ਸੋਫਟ ਡਰਿੰਕ ਜੀਰੇ ਤੋਂ ਆਏ ਡਿਸਟ੍ਰੀਬਿਊਟਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ। ਅਸੀਂ ਫਰੈਂਡਸ ਇੰਟਰਪ੍ਰਾਈਜ਼ ਦੇ ਡਿਸਟ੍ਰੀਬਿਊਟਰ ਨੂੰ ਇੱਥੇ ਆਏ ਜੀ ਆਇਆ ਕਹਿੰਦੇ ਹਾਂ। ਅਸੀਂ ਸ਼ਿਵ ਸ਼ੰਕਰ ਇੰਟਰਪ੍ਰਾਈਜ਼ ਨੂੰ ਇੱਥੇ ਆਇਆ ਜੀ ਆਇਆ ਕਹਿੰਦੇ ਹਾਂ। ਅਸੀਂ ਦਸ਼ਮੇਸ਼ ਸੋਫਟ ਡਰਿੰਕ ਦੇ ਡਿਸਟ੍ਰੀਬਿਊਟਰ ਸਾਹਿਬਾਨ ਦਾ ਇੱਥੇ ਆਇਆ ਜੀ ਆਇਆ ਕਹਿੰਦੇ ਹਾਂ।
ਤਲਵਿੰਦਰ ਸਿੰਘ ਤੇ ਨਿੱਕਾ ਦੋਵੇਂ ਇੱਕ ਹੀ, ਬੂਟਾ ਸਿੰਘ ਸਰਪੰਚ ਸੋਸਣ ਦੇ ਮੁੰਡੇ ਆ ਜੀ, ਜਿਨ੍ਹਾਂ ਦੇ ਮਾਣ ਆ ਡਗਰੂ ਟੀਮ ਨੂੰ। ਡਰਿੰਕ ਬ੍ਰੇਕ ਡੋਟ ਸੋਫਟ ਡਰਿੰਕ ਵੱਲੋਂ ਬੂਟਾ ਸਿੰਘ ਮੌਜੂਦਾ ਸਰਪੰਚ ਪਿੰਡ ਸੋਸਣ ਦੇ ਮੁੰਡੇ ਡਗਰੂ ਟੀਮ 'ਚ ਖੇਡਦੇ ਹੋਏ, ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਮੁੰਡਿਆਂ ਨੇ। ਦੋ ਵਾਰ ਮੈਨ ਆਫ ਦੀ ਮੈਚ ਰਿਹਾ ਤਲਵਿੰਦਰ। ਡੋਟ ਸੋਫਟ ਡਰਿੰਕ ਜੋ ਕਿ 100% ਕੈਫੀਨ ਫਰੀ ਪ੍ਰੋਡਕਟ ਲੈ ਕੇ ਪੰਜਾਬ ਦੀ ਧਰਤੀ ਵਿੱਚ ਆਏ, ਉਹਨਾਂ ਵੱਲੋਂ ਖੋਸਾ ਰਣਧੀਰ ਦੀ ਗਰਾਊਂਡ ਵਿੱਚ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ, ਜੋ ਕਿ ਲਾਈਵ ਟੈਲੀਕਾਸਟ ਪੰਜਾਬ ਲਾਈਵ 1 ਤੇ ਦਿਖਾਇਆ ਜਾ ਰਿਹਾ ਹੈ। www.punjablive1.com ਤੇ ਮੈਚ ਗਾਇਆ ਜਾ ਰਿਹਾ। ਅਸੀਂ ਧੰਨਵਾਦ ਹਾਂ ਹੈਪੀ ਦੇ, ਨੀਟੇ ਦੇ, ਜਿਨ੍ਹਾਂ ਦੇ ਸੰਯੋਗ ਨਾਲ ਇਹ ਲਾਈਵ ਚੱਲ ਰਿਹਾ ਹੈ। ਡੋਟ ਟੀਮ ਸੋਫਟ ਡਰਿੰਕ ਵੱਲੋਂ ਰੀਫਰੈਸ਼ਮੈਂਟ ਦਿੱਤੀ ਗਈ, ਟੀਮ ਨੂੰ ਫਰੈਸ਼ ਹੋ ਕੇ ਖੇਡਣਗੇ। ਸਕੋਰ ਬਸ ਦੱਸਿਓ ਜੀ। ਛਿਆਟਾਂ ਦੀ ਪਾਰਟਨਰਸ਼ਿਪ ਇਸ ਮੈਚ ਦੀ ਸਭ ਤੋਂ ਵੱਡੀ ਪਾਰਟਨਰਸ਼ਿਪ ਮੰਨੀ ਜਾਂਦੀ ਆ। 5 ਓਵਰਾਂ 66 ਸਕੋਰ, ਬਹੁਤ ਵਧੀਆ ਰਨ ਰੇਟ, ਐਨਰਜੀ ਡਰਿੰਕ ਲੈਂਦੇ ਹੋਏ ਖਿਡਾਰੀ। ਡੋਟ ਦੀ ਟੀਮ ਦੇ ਕਪਤਾਨ ਤਰੁਣ ਸਰ, ਨਿੰਗਾ ਜੀ 30 ਸਕੋਰ ਤੇ ਖੇਡਦੇ ਹੋਏ, ਤਲਵਿੰਦਰ 27 ਰਨਾਂ ਦੇ, ਦੋਵੇਂ ਭਰਾ ਇੱਕੋ ਹੀ ਕਰਦੇ ਚਿਰਾਗ, ਜਿਨ੍ਹਾਂ ਦਾ ਸ਼ੁਰੂ ਤੋਂ ਟੂਰਨਾਮੈਂਟ 'ਚ ਅੱਛਾ ਪ੍ਰਦਰਸ਼ਨ। ਸਰਦਾਰ ਬੂਟਾ ਸਿੰਘ ਸਰਪੰਚ ਸੋਸਣ ਦੇ ਮੁੰਡੇ, ਜੋ ਦੋ ਵਾਰ ਮੈਨ ਆਫ ਦੀ ਮੈਚ ਰਹਿ ਚੁੱਕੇ ਨੇ। ਤਲਵਿੰਦਰ ਜੀ, ਅਸੀਂ ਨੂਰ ਇੰਟਰਪ੍ਰਾਈਜ਼ ਵੱਲੋਂ ਸ਼੍ਰੀ ਬਾਲ ਕ੍ਰਿਸ਼ਨ ਬਵੇਜਾ ਜੀ ਦਾ ਇੱਥੇ ਆਇਆ ਹਾਰਦਿਕ ਸਵਾਗਤ ਕਰਦੇ ਹਾਂ, ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮੇਂ ਕੱਢ ਕੇ ਇੱਥੇ ਪਹੁੰਚੇ। ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਐਸ ਕੇ ਲਖਾਣੀ ਜੀ, ਐਸ ਐਮ ਸਰਦਾਰ ਹਰਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਇੰਟਾਇਰ ਡੋਟ ਦੀ ਟੀਮ। ਅਗਲਾ ਓਵਰ ਮੋਗਾ ਦੇ ਸੋਫਟ ਡਰਿੰਕ ਦੇ ਮੈਂਬਰ ਵਿਜੇ ਦੁਆਰਾ। ਵਿਜੇ ਜੀ ਬੋਲਿੰਗ ਤੇ, ਸਾਹਮਣੇ ਨਿੱਕਾ ਜੀ, ਵਿਜੇ ਫੇਸ ਕਰਨਗੇ ਨਿੱਕੇ ਨੂੰ। ਬਹੁਤ ਵਧੀਆ ਬੋਲ ਜਤਿਨ ਦੁਆਰਾ, ਬਹੁਤ ਵਧੀਆ ਫੀਲਡਿੰਗ ਦਾ ਪ੍ਰਦਰਸ਼ਨ। ਇੱਕ ਸਕੋਰ ਨਾਲ ਸੰਤੁਸ਼ਟ ਰਹਿਣਾ ਪਊਗਾ ਡਗਰੂ ਟੀਮ ਨੂੰ।
100 ਰਿੰਗ ਦਾ ਝੰਡਾ ਗਰਾਊਂਡ ਵਿੱਚ ਲਹਿਰਾਉਂਦਾ ਹੋਇਆ ਵਿਜੇ ਦੁਆਰਾ ਪੂਰੀ ਤਰ੍ਹਾਂ ਬੀਟ ਕੀਤਾ ਤਲਵਿੰਦਰ ਨੂੰ। ਦਰਸ਼ਕਾਂ ਦਾ ਕੱਟ ਜੁੜਦਾ ਹੋਇਆ ਬਹੁਤ ਵਧੀਆ ਬਾਲ ਪੂਰੀ ਤਰ੍ਹਾਂ ਬੀਟ ਕੀਤਾ ਤਲਵਿੰਦਰ ਨੂੰ। ਹੈਲੋ ਵੀਰੇ ਥੋੜ੍ਹਾ ਇੱਧਰੋਂ ਖੜ ਜਾਏਗਾ ਜੇ ਨਹੀਂ ਚੱਕਰ ਤਾਂ ਪ੍ਰਦਰਸ਼ਨ ਡੋਟ ਪਰਿਵਾਰ ਪਹਿਲੀ ਵੈਕਟ ਡਗਰੂ ਦੀ ਡਿੱਗੀ ਕਿੰਨੇ ਸੈਵਨ ਰਨਾਂ ਦੀ ਪਾਰਟਨਰਸ਼ਿਪ ਦੋਵਾਂ ਭਰਾਵਾਂ ਵਿਚਕਾਰ ਹੋਈ। ਵਿਜੇ ਜੀ ਟੀਮ ਬਣਾਉਂਦੀ ਹੋਈ ਪੂਰੀ ਡੋਟ ਟੀਮ ਮਦਨ ਮੋਹਨ ਪੁਰੀ ਜੀ ਉਹਨਾਂ ਦੀ ਭਤੀਜੀ ਡੈਥ ਹੋਣ ਕਰਕੇ ਸਾਡੇ ਦਰਮਿਆਨ ਨਹੀਂ ਪਹੁੰਚੇ। ਮਨੋਦ ਬੋਲਿੰਗ ਤੇ ਨਿੱਕੇ ਨੂੰ ਫੇਸ ਕਰਨਗੇ ਮਨੋਦ ਜੀ। ਬਹੁਤ ਵਧੀਆ ਬਾਲ ਔਰ ਇਹ ਸ਼ੇਰ ਵਿਨੋਦ ਨੂੰ ਪਹਿਲੀ ਬੋਲ ਤੇ ਹੀ ਛੱਕਾ ਮੋਗਾ ਜਿਹੜਾ ਨਿਆਰਾ ਹੈ ਦੌੜ ਸਭ ਤੋਂ ਪਿਆਰਾ ਹੈ ਮੋਗਾ ਜਿਹੜਾ ਨਿਆਰਾ ਹੈ ਦੌੜ ਸਭ ਤੋਂ ਪਿਆਰਾ ਹੈ ਦੋਸਤ
ਬਹੁਤ ਸੋਹਣਾ ਸ਼ੋਟ, ਬਹੁਤ ਵਧੀਆ ਫੀਲਡਿੰਗ ਤਰੁਣ ਸਰ ਦੁਆਰਾ। ਹਵਾ ਦਾ ਸ਼ੋਟ ਨੀਚੇ ਮੰਗਲ, ਦੌੜਦੇ ਟੀਮ ਖੁਸ਼ੀ ਮਨਾਉਂਦੀ ਹੈ। ਕੌਣ? ਦਵਿੰਦਰ ਔਨ ਸਟ੍ਰਾਈਕ। ਚਾਰ ਸਕੋਰ ਦਾ ਇਸ਼ਾਰਾ। ਬਾਲ ਟਾਸ, ਬਾਲ ਮੋਗਾ ਜਿਹੜਾ ਨਿਆਰਾ ਹੈ, ਦੌੜ ਸਭਸੇ ਪਿਆਰਾ ਹੈ। ਛੇ ਰਨ ਬਾਕੀ ਨਿੱਕੇ ਦੀ 50 ਚ। ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਨਿੱਕੇ ਦੁਆਰਾ। ਨਿੱਕਾ ਸ਼ੋਸ਼ਣ ਧਰਤੀ ਦਾ। ਆਪਣੀ 50 ਮਿਸ ਕਰਕੇ ਨਿੱਕਾ। ਬਹੁਤ ਵਧੀਆ ਗੇਂਦ ਵਿਨੋਦ ਦੁਆਰਾ, ਜੋ ਕਿ ਮੋਗੇ ਦੇ ਡਿਸਟ੍ਰੀਬਿਊਟਰ ਨੇ ਸਾਡੇ ਫਰੈਂਡ ਇੰਟਰਪ੍ਰਾਈਜ਼ ਦੇ ਡੋਟ ਸੋਫਟ ਡਰਿੰਕ ਵੱਲੋਂ 5 ਫਲੇਵਰ ਲਾਂਚ ਕੀਤੇ ਗਏ ਹਨ ਜੀ, ਜਿਸ ਵਿੱਚ ਲੀਚੀ, ਲੈਮਨ, ਕੋਲਾ ਜੀਰਾ, ਪਾਈਨਐਪਲ ਅਤੇ ਔਰੇਂਜ ਫਲੇਵਰ। ਇਹ ਫਲੇਵਰ 100% ਕੈਮੀਕਲ ਫਰੀ ਪ੍ਰੋਡਕਟ ਨੇ। 84 ਸਕੋਰ ਹੁੰਦੇ ਹੋਏ 5 ਸਾਲ ਦੇ ਲੈ ਕੇ 85 ਸਾਲ ਦੇ ਬਜ਼ੁਰਗ ਤੱਕ ਹਰ ਕੋਈ 7 ਓਵਰ ਦੀ ਸਮਾਪਤੀ ਤੇ 84 ਸਕੋਰ ਦਾ ਜੀ। ਇਸ ਵਿੱਚ ਕੋਈ ਅਲਕੋਹਲ, ਕੋਈ ਕੈਫੀਨ ਨਹੀਂ ਆ ਜੀ। ਪੰਜਾਬ ਦੀ ਧਰਤੀ ਵਿੱਚ ਡੋਟ ਸੋਫਟ ਡਰਿੰਕ, ਜੋ ਕਿ ਆਪਣਾ ਪਹਿਲਾ ਕ੍ਰਿਕਟ ਟੂਰਨਾਮੈਂਟ ਲੈ ਕੇ ਆਏ ਖੋਸਾ ਰਣਧੀਰ ਦੀ ਗਰਾਊਂਡ ਵਿੱਚ। ਅਗਲਾ ਓਵਰ ਵਿਜੇ, ਜੋ ਕਿ ਪਿਛਲੇ ਓਵਰ ਦੇ ਵਿੱਚ ਇੱਕ ਵਿਕਟ ਲੈ ਕੇ ਗਏ ਸੀਗੇ, ਐਤਕੀ ਵੀ ਉਮੀਦਾਂ ਲੈ ਕੇ ਆਏ ਨੇ ਆਪਦੀ ਟੀਮ ਦੇ ਲਈ। ਇੱਕ ਦੋ ਵਿਕਟਾਂ ਜ਼ਰੂਰ ਲਵਾਂਗੇ ਇਸ ਓਵਰ ਦੇ ਵਿੱਚ। ਮੋਗਾ ਜ਼ਿਲ੍ਹਾ ਨਿਆਰਾ ਹੈ, ਦੌੜ ਸਭਸੇ ਪਿਆਰਾ ਹੈ। ਇਸ ਨਾਰੇ ਦੇ ਨਾਲ ਅਸੀਂ ਦੌੜ ਨੂੰ ਕੋਨੇ ਕੋਨੇ ਵਿੱਚ ਪਹੁੰਚਾਉਣਾ
ਇਹੀ ਸਾਡਾ ਡੋਟ ਟੀਮ ਦਾ ਲਕਸ਼ ਵਾਈਟ ਬਾਲ ਹੈਲੋ ਬਹੁਤ ਵਧੀਆ ਗੇਂਦ ਵਿਜੇ ਦੁਆਰਾ ਬਹੁਤ ਵਧੀਆ ਗੇਂਦ ਤਿੰਨ ਬੋਲਾਂ ਹੋ ਚੁੱਕੀਆਂ ਇਸ ਓਵਰ ਦੀਆਂ ਦੋ ਬੋਲਾਂ ਬਹੁਤ ਵਧੀਆ ਬਹੁਤ ਵਧੀਆ ਗੇਂਦ ਅਪੀਲ ਕੀਤੀ ਵਿਨੋਦ ਦੁਆਰਾ ਲੈਗ ਅੰਪਾਇਰ ਨੂੰ ਅਪੀਲ ਕੀਤੀ ਪਰ ਨੈਟ ਆਊਟ ਦਾ ਇਸ਼ਾਰਾ ਅੰਪਾਇਰ ਦੁਆਰਾ ਅਸੀਂ ਦਵਿੰਦਰ ਸਿੰਘ ਰਣੀਆ ਸਾਹਿਬ ਦਾ ਇੱਥੇ ਆਇਆ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੇ ਹਾਂ ਬਹੁਤ ਵਧੀਆ ਗੇਂਦ ਵਿਜੇ ਦੁਆਰਾ ਬਹੁਤ ਵਧੀਆ ਹੋ ਰਿਹਾ ਦੋ ਟੀਮ ਦਾ ਬੋਲਰ ਵਿਜੇ ਦੁਆਰਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਆਪਦੀ ਟੀਮ ਦੇ ਲਈ ਅੱਗੇ ਵਰ ਕੇ ਛੋੜ ਕੇ ਦੇਣ ਦੀ ਕੋਸ਼ਿਸ਼ ਅਪੀਲ ਵਿਨੋਦ ਦੁਆਰਾ ਪਰ ਨਾਕਾਮ ਹੁੰਦੇ ਹੋਏ ਨੋਟ ਆਊਟ ਦਿੱਤਾ ਅੰਪਾਇਰ ਹਰਜੀਤ ਨੇ ਪੰਜ ਗੇਂਦਾਂ ਬੋਲ ਹਵਾ ਦੇ ਵਿੱਚ ਬਾਉਂਡਰੀ ਤੋਂ ਬਾਹਰ ਗਰਾਊਂਡ ਤੋਂ ਬਾਹਰ 6 ਰਨ ਓਵਰ ਦੀ ਸਮਾਪਤੀ ਓਵਰ ਦੀ ਸਮਾਪਤੀ ਹੁੰਦੀ ਹੋਈ 6 ਬੋਲਾਂ ਦੇ ਵਿੱਚ 6 ਰਨ ਲੱਗੇ ਇਹਨਾਂ ਨੂੰ ਬਹੁਤ ਵਧੀਆ ਓਵਰ ਸੱਤ ਓਵਰ ਦੀ ਸਮਾਪਤੀ 91 ਰਨ ਹੁੰਦੇ ਹੋਏ
ਹੈਲੋ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਇਹ ਖੋਸਾ ਦੀ ਧਰਤੀ ਪੰਜਾਬ ਦੀ ਧਰਤੀ 'ਤੇ ਸਰਦਾਰ ਰੁਪਿੰਦਰ ਸਿੰਘ ਜੀ ਜੋ ਸਾਡੇ ਸੁਪਰ ਸਟੋਕਿਸਟ ਮੋਗਾ ਜ਼ਿਲ੍ਹਾ ਦੇ ਜਿਨ੍ਹਾਂ ਨੇ ਇਤਿਹਾਸ ਰਚ ਕੇ ਇਸ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਇੱਕ ਨਵੀਂ ਸ਼ੁਰੂਆਤ ਦੇ ਵਿੱਚ ਆਪਣਾ ਬਹੁਤ ਬੜਾ ਯੋਗਦਾਨ ਔਰ ਪੂਰੀ ਇਹ ਮਿਹਨਤ ਸਰਦਾਰ ਰੁਪਿੰਦਰ ਸਿੰਘ ਜੀ ਔਰ ਸਾਡੇ ਡੋਟ ਕੰਪਨੀ ਦੇ ਬਹੁਤ ਹੀ ਹੋਨਹਾਰ ਅਮਿਤ ਪੁਰੀ ਔਰ ਇੱਥੋਂ ਦੀ ਸਾਰੀ ਟੀਮ, ਮੈਂ ਸਾਰੀ ਟੀਮ ਦਾ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਇਹ ਮੈਚ ਦੀ ਇੱਕ ਨਵੀਂ ਸ਼ੁਰੂਆਤ ਦੇ ਕੇ ਰਹਿੰਦੀ ਦੁਨੀਆ ਤੱਕ ਜਦੋਂ ਅਸੀਂ ਡੋਟ ਨੂੰ ਹੋਰ ਕੁਛ ਟਾਈਮ ਤੱਕ ਬਹੁਤ ਅੱਛਾ ਸ਼ੋਟ ਕੈਚ ਆਊਟ ਡੋਟ ਤਰੁਣ ਜੀ ਡੋਟ ਨੇ ਸਿਖਾਇਆ ਹੈ ਦਮ ਹੋ ਤੋ ਜਿਤਨਾ ਉਸਕੇ ਹੱਕ ਮੇ ਹੈ ਮੁੱਠੀ ਮੇ ਜੀਤ ਲਾਨੀ ਯੇ ਡੋਟ ਕੀ ਨਿਸ਼ਾਨੀ ਹੈ ਕਹਤੇ ਹੈ ਜੀਤਾ ਵਹੀ ਸਿਕੰਦਰ ਆਜ ਪ੍ਰੂਫ ਕਰਨਾ ਹੈ ਜੋ ਡੋਟ ਨੇ ਹਮੇ ਆਪਣੇ ਲਕਸ਼ ਕੋ ਜਿੱਤਣਾ ਸਿਖਾਇਆ ਹੈ ਵਾਈਟ ਬਾਲ ਦਾ ਇਸ਼ਾਰਾ ਇੰਪਾਇਰ ਲਵੀ ਦੁਆਰਾ ਵਨ ਬਾਊਂਸ ਹੈਲੋ ਹੈਲੋ ਬਹੁਤ ਵਧੀਆ ਗੇਂਦਬਾਜ਼ੀ ਵਿਜੇ ਦੁਆਰਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਵਿਜੇ ਨੇ ਤੀਜਾ ਓਵਰ ਚੱਲ ਰਿਹਾ ਬੋਲਰ ਵਿਜੇ ਦਾ ਬਹੁਤ ਵਧੀਆ ਰਨ ਆਊਟ ਕਰਨ ਦੀ ਕੋਸ਼ਿਸ਼ ਨੋਟ ਆਊਟ ਦਿੱਤਾ ਅੰਪਾਇਰ ਨੇ ਬਹੁਤ ਵਧੀਆ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਜੋ ਸੰਕੇਤ ਆਇਆ ਹੈ ਐਮ ਡੀ ਸਾਹਿਬਾਨ ਜੀ ਵੱਲੋਂ ਉਹ ਮੈਂ ਇੱਥੇ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਅੱਜ ਜੋ ਯੁਵਾ ਪੀੜ੍ਹੀ ਜੋ ਪੰਜਾਬ ਦੀ ਧਰਤੀ 'ਤੇ ਨਸ਼ੇ ਔਰ ਕਈ ਉਸ ਤਰ੍ਹਾਂ ਦੇ ਗਲਤ ਦਿਸ਼ਾਵਾਂ ਨੇ ਜਿਹੜੀਆਂ ਆਪਣੇ ਬਜ਼ੁਰਗਾਂ ਲਈ ਔਰ ਜਿਨ੍ਹਾਂ ਬਜ਼ੁਰਗਾਂ ਨੇ ਸਾਨੂੰ ਜਨਮ ਦਿੱਤਾ ਹੈ ਇਸ ਪੰਜਾਬ ਦੀ ਪਾਵਨ ਧਰਤੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ ਹੈ ਕਿ ਸਾਨੂੰ ਅੱਛੇ ਸਿਸਟਮ ਦੇ ਵਿੱਚ ਰਹਿਣਾ ਚਾਹੀਦਾ ਹੈ ਸਿਹਤ ਦੇ ਪ੍ਰਤੀ ਸਾਨੂੰ ਆਪਣੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਜੋ ਡੋਟ ਨੇ ਇਸ ਲਕਸ਼ ਦੇ ਨਾਲ ਹੀ ਕੈਫੀਨ ਫਰੀ ਪ੍ਰੋਡਕਟ ਲਾਂਚ ਕੀਤੇ ਨੇ
100% ਕੈਫੀਨ ਫ੍ਰੀ ਪ੍ਰੋਡਕਟ ਭਾਰਤ ਦੀ ਧਰਤੀ ਦੇ ਵਿੱਚ ਲੈ ਕੇ ਆਉਣ ਵਾਲੀ ਡੋਟ ਕੰਪਨੀ ਹੈ, ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ MD ਸਾਹਿਬਾਨ ਜੀ ਸਟੇਜ ਉੱਤੇ ਮੌਜੂਦ ਹਨ। ਸਰਦਾਰ ਦਵਿੰਦਰ ਸਿੰਘ ਜੀ ਰਨੀਆ ਸਾਹਿਬ, ਜਿਨ੍ਹਾਂ ਨੇ ਬਹੁਤ ਹੀ ਆਪਣਾ ਕੀਮਤੀ ਸਮੇਂ ਔਰ ਸਾਡੇ ਡੋਟ ਬੈਵਰੇਜ ਦੇ ਨਾਲ ਜੋ ਪਿਆਰ ਸਾਨੂੰ ਦਿੱਤਾ ਹੈ, ਡੋਟ ਬੈਵਰੇਜ ਹਮੇਸ਼ਾ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਅਤੇ ਰਿਣੀ ਰਹੇਗਾ। ਅਸੀਂ ਨਵੀਂ ਪੀੜ੍ਹੀ ਨੂੰ ਇਹ ਜ਼ਰੂਰ ਸੰਕੇਤ ਦੇਣਾ ਚਾਹੁੰਦੇ ਹਾਂ ਕਿ ਡੋਟ ਦਾ ਲਕਸ਼ ਹੈ ਨਸ਼ਾ ਮੁਕਤ ਕਰਨਾ, ਔਰ ਜੋ ਅਸੀਂ ਅਗਲਾ ਆਉਣ ਵਾਲੇ ਟਾਈਮ ਇਹ ਸਾਡਾ ਲਕਸ਼ ਹੈ, ਸਾਡੀ ਏਮ ਹੈ ਡੋਟ ਬੈਵਰੇਜ ਦੀ, ਜੋ ਕਿ MD ਸਾਹਿਬਾਨ ਤੋਂ ਸੰਕੇਤ ਆਇਆ ਹੈ ਕਿ ਅਸੀਂ ਆਉਣ ਵਾਲੇ ਟਾਈਮ ਕਬੱਡੀ ਦੇ ਮੈਚ ਔਰ ਉਹ ਮੈਚ ਜਿਹੜੇ ਕਿ ਸਾਡੀ ਯੁਵਾ ਪੀੜ੍ਹੀ ਨੂੰ ਹੋਰ ਖੇਲਾਂ ਦੇ ਪ੍ਰਤੀ, ਖੇਡਾਂ ਦੇ ਪ੍ਰਤੀ ਅਸੀਂ ਇੱਥੇ ਜਾਗਰੂਕਤਾ ਪੈਦਾ ਕਰ ਸਕੀਏ, ਉਸ ਵਿੱਚ ਵੀ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਿਡ ਮੋਗਾ ਦੀ ਧਰਤੀ, ਇਸ ਪਿੰਡ ਦੀ ਧਰਤੀ ਜਿੱਥੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਜੋ ਕਿ ਸਾਹਮਣੇ ਇੱਕ ਉਹ ਬੈਠ ਕੇ ਬਹੁਤ ਹੀ ਆਨੰਦ ਲੈ ਰਹੇ ਨੇ, ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਇਹਨਾਂ ਦਾ ਜੋ ਗਰਮੀ ਦੇ ਦਿਨਾਂ ਦੇ ਵਿੱਚ ਵੀ ਆਪਣਾ ਬਹੁਤ ਕੀਮਤੀ ਸਮੇਂ ਇਸ ਟੂਰਨਾਮੈਂਟ ਨੂੰ ਦੇ ਕੇ ਸਾਡੇ ਨਾਲ ਸਹਿਯੋਗ ਪਾ ਰਹੇ ਨੇ, ਔਰ ਆਉਣ ਵਾਲੇ ਟਾਈਮ ਅਸੀਂ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਦੀ ਤਰਫੋਂ ਕਾਫੀ ਅੱਛੇ ਅੱਛੇ ਟੂਰਨਾਮੈਂਟਸ ਜੋ ਕਿ ਸਿਹਤ ਵਾਸਤੇ ਸਾਡੀ ਬਹੁਤ ਅੱਛਾ ਸਾਨੂੰ ਰਿਜ਼ਲਟ ਆਵੇ, ਤਾਂ ਕਿ ਨਸ਼ਾ ਮੁਕਤ ਅਸੀਂ ਜੋ ਮੋਗਾ ਔਰ ਇਹ ਪਿੰਡ ਇਹਦੇ ਵਿੱਚ ਡੋਟ ਬੈਵਰੇਜ ਦਾ ਵੀ ਸਹਿਯੋਗ ਤੁਹਾਡੇ ਨਾਲ ਪੈ ਸਕੇ। ਸਾਰੇ ਹੀ ਪਲੇਅਰਾਂ ਨੂੰ ਰਿਕੁਐਸਟ ਹੈ ਕਿ ਸਾਰੀ ਟੀਮ 11 ਪਲੇਅਰ ਜਿਹੜੇ ਨੇ 11 ਪਲੇਅਰ ਨੇ ਉਹ ਆ ਇਨੋਵਾ ਕਾਰ ਖੜੀ ਹੈ ਇੱਥੇ ਸਾਹਮਣੇ ਆ ਜਾਣ, ਤਾਂ ਕਿ ਇਹਨਾਂ ਦੀ ਇੱਕ ਮੂਵੀ 11 ਪਲੇਅਰ ਡੋਟ ਦੀ ਟੀਮ ਜਿਹੜੀ ਹੈ ਔਰ 11 ਡਗਰੂ ਟੀਮ ਉਹ ਸਾਰੇ ਇੱਥੇ ਇੱਕ ਸਾਈਡ 'ਤੇ ਆ ਜਾਓ ਸ਼ਾਮੇ, ਤਾਂ ਕਿ ਇੱਕ ਇਹਦੀ ਸਨੈਪ ਲੈ ਕੇ ਅਸੀਂ ਇਹਨੂੰ ਆਪਣੇ ਰਿਕਾਰਡ ਦੇ ਵਿੱਚ ਪਾਈਏ, ਔਰ ਅਸੀਂ ਇਸ ਬਹੁਤ ਹੀ ਜੋ ਟੂਰਨਾਮੈਂਟ ਇੱਥੇ ਇੰਨੇ ਅੱਛੇ ਬੜੀਆ ਪੱਧਰ 'ਤੇ ਚੱਲ ਰਿਹਾ ਹੈ ਪਿੰਡ ਵਾਸੀਆਂ ਦਾ, ਅਸੀਂ ਬਹੁਤ ਧੰਨਵਾਦੀ ਹਾਂ, ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਹਿਯੋਗ ਸਾਨੂੰ ਦਿੱਤਾ ਹੈ। ਡੈਗਰੂ ਟੀਮ ਜੋ ਕਿ ਜਿੱਤ ਦੇ ਲਕਸ਼ ਲਈ ਆਪਣਾ 100% ਦੇ ਰਹੀ ਹੈ, ਔਰ ਇਹ ਵੀ ਕੰਪਨੀ ਆਪਣਾ 100% ਦਿੰਦੀ ਹੈ ਕਿ 100% ਕੈਫੀਨ ਫ੍ਰੀ ਪ੍ਰੋਡਕਟ ਜੋ ਕਿ ਇਸ ਯੁਵਾ ਪੀੜ੍ਹੀ ਦੀ ਬਹੁਤ ਬੜੀ ਪਹਿਚਾਨ, ਔਰ ਇਹ ਜੋ ਪਲੇਅਰ ਨੇ ਇਹਨਾਂ ਨੂੰ ਇੱਕ ਅੱਛੀ ਦਿਸ਼ਾ ਦਿਖਾਉਂਦੀ ਹੈ, ਜੋ ਕੈਮੀਕਲ ਫ੍ਰੀ 100% ਕੈਫੀਨ ਫ੍ਰੀ ਪ੍ਰੋਡਕਟ ਨੇ ਇਹ ਸਾਰੇ ਇਸ ਮਾਰਕੀਟ 'ਤੇ ਇਸ ਧਰਤੀ 'ਤੇ ਲੈ ਕੇ ਆਏ ਨੇ। ਪਲੇਅਰਾਂ ਨੂੰ ਬੇਨਤੀ ਹੈ ਇੱਥੇ ਖੜ ਜਿਓ, ਦੂਸਰੀ ਟੀਮ ਵੀ ਆ ਜਾਂਦੀ ਹੈ, ਤੁਹਾਡੇ ਦੋਨੇ 11 ਟੀਮਾਂ ਦੀ ਸਨੈਪ ਸੋਹਣੀ ਹੈ, ਉਸ ਤੋਂ ਬਾਅਦ ਆਪਾਂ ਅਗਲਾ ਟੂਰਨਾਮੈਂਟ ਸ਼ੁਰੂ ਕਰਾਂਗੇ। ਡੋਟ ਦੀ ਟੀਮ ਵੀ ਗਰਾਊਂਡ ਦੇ ਵਿੱਚ ਆ ਜਾਵੇ ਤਾਂ ਕਿ ਇੱਕ ਸਨੈਪ। ਤਰੁਣ ਜੀ, ਹੈਲੋ ਤਰੁਣ ਜੀ, ਕੈਪਟਨ ਸਾਹਿਬ ਨੂੰ ਰਿਕੁਐਸਟ ਹੈ ਕਿ ਉਹ ਆਪਣੀ ਟੀਮ ਨੂੰ ਲੈ ਕੇ ਇੱਥੇ ਭੱਜ ਭੱਜ ਕੇ ਆਉਣ, ਔਰ ਉਹ ਜੋਸ਼ ਪੈਦਾ ਕਰਦੇ ਨੇ ਇਸ ਧਰਤੀ ਦੇ ਉੱਤੇ, ਇਸ ਗਰਾਊਂਡ ਦੇ ਉੱਤੇ, ਤਾਂ ਕਿ ਜਿਹੜਾ ਟਾਈਮ ਸਾਡੇ ਕੋਲ ਬਚਿਆ ਹੈ
ਉਹ ਜਿੱਤ ਦੀ ਪਹਿਚਾਣ ਹੈ, ਉਸ ਨੂੰ ਕਮਜ਼ੋਰ ਨਹੀਂ ਹੋਣ ਦੇਣਾ। ਦੋਨਾਂ ਟੀਮਾਂ ਨੇ ਆਪਣਾ 100% ਦੇ ਕੇ ਜੋ ਜੀਤਾ ਵਹੀ ਸਿਕੰਦਰ ਵਾਲਾ ਲਕਸ਼ ਅੱਜ ਇੱਥੇ ਕੁਛ ਟਾਈਮ ਦੇ ਵਿੱਚ ਹੀ ਸਾਹਮਣੇ ਆਏਗਾ। ਤੋ ਡੌਟ ਦੀ ਟੀਮ ਮਿਸਟਰ ਤਰੁਣ ਜੀ ਨਾਲ, ਕੈਪਟਨ ਸਾਹਿਬ ਸਾਰੀ ਟੀਮ ਨੂੰ ਲੈ ਕੇ ਪਲੇਅਰਾਂ ਦੇ ਪਾਸ ਆਉਂਦੇ ਹੋਏ, MD ਸਾਹਿਬਾਨ ਨੂੰ ਵੀ ਰਿਕੁਐਸਟ ਹੈ, ਸਰਦਾਰ ਦਵਿੰਦਰ ਸਿੰਘ ਜੀ ਰਾਨੀਆ ਨੂੰ ਵੀ ਰਿਕੁਐਸਟ ਹੈ, ਉਹ ਵੀ ਇਹਨਾਂ ਟੀਮ ਨੂੰ ਇੱਕ ਆਪਣਾ ਆਸ਼ੀਰਵਾਦ ਦੇਣ ਤਾਂ ਕਿ ਜਿੱਤ ਕਿਸੇ ਵੀ ਟੀਮ ਦੀ ਢੋਲੀ 'ਚ ਪਵੇ, ਉਹ ਸਾਡੀ ਜਿੱਤ ਹੈ। ਉਹ ਸਾਰੇ ਸਮੁੱਚੇ ਸਮਾਜ ਦੀ, ਸਰਦਾਰ ਰੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ, ਸੰਘਰਸ਼ ਕਰਕੇ ਇਹ ਜੋ ਟੂਰਨਾਮੈਂਟ ਕਰਵਾਇਆ ਹੈ, ਉਹਨਾਂ ਨੂੰ ਅਸੀਂ ਆਸ਼ੀਰਵਾਦ ਦਈਏ। ਦੋਨਾਂ ਟੀਮਾਂ ਨੂੰ ਸਾਡਾ ਤਹਿ ਦਿਲੋਂ ਧੰਨਵਾਦ ਹੈ। ਬੇਸ਼ੱਕ ਡੌਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ, ਪਰ ਕੰਪਨੀ ਇਹ ਡਗਰੂ ਟੀਮ ਦਾ ਵੀ ਬਹੁਤ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਆਪਣਾ ਪੂਰਾ ਸਹਿਯੋਗ ਦਿਲੋਂ ਜਾਨ ਲਾ ਕੇ ਇਸ ਮੈਚ ਦੇ ਉੱਤੇ ਮੈਚ ਜਿੱਤਣ ਦੀ ਕੋਸ਼ਿਸ਼। ਮੈਚ ਜਿੱਤਣਾ ਹੀ ਅੱਛੇ ਟੀਮ ਦੀ ਨਿਸ਼ਾਨੀ ਹੁੰਦੀ ਹੈ। ਧੰਨਵਾਦ ਕਰਦੇ ਹੋਏ MD ਸਾਹਿਬ, ਮਿਸਟਰ ਬਾਲਕਿਸ਼ਨ ਬਵੇਜਾ ਜੀ, ਸਰਦਾਰ ਦਵਿੰਦਰ ਸਿੰਘ ਜੀ, ਬਹੁਤ ਹੀ ਆਪਣਾ ਕੀਮਤੀ ਸਮਾਂ ਦਿੰਦੇ ਹੋਏ ਔਰ ਟੀਮ ਨੂੰ ਆਸ਼ੀਰਵਾਦ ਦਿੰਦੇ ਹੋਏ ਟੀਮ ਦੇ ਵਿੱਚ ਪਹੁੰਚ ਚੁੱਕੇ ਹਨ, ਅਸੀਂ ਧੰਨਵਾਦੀ ਹਾਂ ਇਹਨਾਂ ਦੇ। ਸਰਦਾਰ ਸਾਹਿਬ ਜੀ ਜੋ ਕਿ MD ਸਾਹਿਬਾਨ ਜੀ ਦੇ ਨਾਲ ਆਏ ਨੇ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਟੀਮ ਨੂੰ ਆਸ਼ੀਰਵਾਦ ਦਿੰਦੇ ਹੋਏ ਤੇ ਟੀਮ ਨੂੰ ਸੰਕੇਤ ਦਿੰਦੇ ਹੋਏ ਕਿ ਜੋ ਜੀਤਾ ਵਹੀ ਸਿਕੰਦਰ ਵਾਲੀ ਜੋ ਦੌੜ ਹੈ ਅੱਜ ਦਿਖਾਣੀ ਹੈ, ਇੱਥੇ ਜਿੱਤ ਕੇ ਟਰਾਫੀ ਲੈ ਕੇ ਜਾਣੀ ਹੈ। ਤਰੁਣ ਜੀ, ਇਹ ਹਮਾਰੀ ਚੈਲੇਂਜ ਹੈ, ਇਹ ਡੌਟ ਕੀ ਚੈਲੇਂਜ ਹੈ, ਡੌਟ ਨੇ ਜਿੱਤਣਾ ਸਿਖਾਇਆ ਹੈ, ਤੋ ਗਰਾਊਂਡ ਕੇ ਅੰਦਰ ਆਜ ਆਪਨੇ ਪ੍ਰੂਫ ਕਰਨਾ ਹੈ ਕਿ ਇਹ ਹਮ ਹਮ ਹੈ ਔਰ ਹਮਨੇ ਸਿਰਫ ਜਿੱਤਣਾ ਸਿਖਾਇਆ ਹੈ। ਦੋਨਾਂ ਹੀ ਟੀਮਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਰਦਾਰ ਦਵਿੰਦਰ ਸਿੰਘ ਜੀ ਰਨੀਆ, MD ਸਾਹਿਬ, ਮਿਸਟਰ ਬਾਲਕਿਸ਼ਨ ਬਵੇਜਾ ਜੀ, ਜਿਨ੍ਹਾਂ ਨੇ ਆਪਣਾ ਬਹੁਤ ਹੀ ਰੁਝੀਰੇ ਕੰਮਾਂ ਨੂੰ ਕੰਮਾਂ ਕਾਰਾਂ ਨੂੰ ਛੱਡ ਕੇ ਇੱਥੇ ਟੀਮ ਦੀ ਹੌਸਲਾ ਅਫਜਾਈ ਕਰਨ ਪਹੁੰਚੇ ਹਨ, ਅਸੀਂ ਧੰਨਵਾਦੀ ਹਾਂ ਸਰਦਾਰ ਦਵਿੰਦਰ ਸਿੰਘ ਜੀ ਰਨੀਆ ਸਾਹਿਬ ਦੇ, ਜਿਨ੍ਹਾਂ ਨੇ ਇਸ ਪ੍ਰੋਡਕਟ ਦੇ ਜਨਮ ਦੇ ਟਾਈਮ ਤੇ ਵੀ ਇੱਕ ਮੋਹਰ ਲਾ ਕੇ ਇੱਕ ਆਸ਼ੀਰਵਾਦ ਦੇ ਕੇ ਨਵਾਜਿਆ ਸੀ, ਤੇ ਅੱਜ ਇਸ ਟੂਰਨਾਮੈਂਟ ਦੀ ਜੋ ਲੜੀ ਇੱਥੋਂ ਅਸੀਂ ਸ਼ੁਰੂ ਕੀਤੀ ਹੈ ਪੰਜਾਬ ਦੀ ਧਰਤੀ ਤੇ, ਉੱਥੇ ਵੀ ਸਿੰਘ ਸਾਹਿਬਾਨ ਜੀ ਦਾ ਬਹੁਤ ਬੜਾ ਰੋਲ ਹੈ, ਬਹੁਤ ਬੜਾ ਰੋਲ ਹੈ। ਵਾਈਸ ਪ੍ਰੈਸੀਡੈਂਟ ਮਿਸਟਰ ਬਾਲ ਮਿਸਟਰ ਲਖਾਨੀ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਹੀ ਆਪਣਾ ਸਾਰਾ ਸਹਿਯੋਗ ਦਿੱਤਾ ਟੀਮ ਨੂੰ। ਡਗਰੂ ਟੀਮ ਦਾ ਕੈਪਟਨ ਪਾਲਾ, ਇੱਕ ਮਿੰਟ ਵੀਰੇ, ਆਹ
ਮੈਚ ਸ਼ੁਰੂ ਕੀਤਾ ਜਾਵੇ। ਪਲੇਅਰਸ ਨੂੰ ਰਿਕੁਐਸਟ ਹੈ ਕਿ ਪਿੱਚ ਤੇ ਜਾ ਕੇ ਮੈਚ ਨੂੰ ਸ਼ੁਰੂ ਕਰਾਈਏ। ਟੀਮ ਮੀਟਿੰਗ ਕਰਕੇ ਜਲਦੀ ਤੋਂ ਜਲਦੀ ਮੈਚ ਸ਼ੁਰੂ ਕੀਤਾ ਜਾਵੇ। ਮੈਂ ਡੌਟ ਟੀਮ ਔਰ ਡੈਗਰੂ ਟੀਮ ਦੋਨਾਂ ਨੂੰ ਇੱਕ ਛੋਟਾ ਜਿਹਾ ਮੈਸੇਜ, ਜੋ ਕਿ ਬਹੁਤ ਹੀ ਇਹ ਗੱਲ ਮਸ਼ਹੂਰ ਹੋ ਚੁੱਕੀ ਹੈ, ਦੋਨਾਂ ਟੀਮਾਂ ਨੂੰ ਯਾਦ ਕਰਵਾਉਣਾ ਚਾਹੂੰਗਾ। ਕਹਿੰਦੇ ਬੜੇ ਦਿੱਤੀਆਂ ਨੇ ਦਾਤੇ ਨੇ ਦਲੇਰੀਆਂ, ਅਸੀਂ ਨਾ ਘਬਰਾਉਣਾ ਜਾਣਦੇ, ਅਸੀਂ ਪੱਕੀਆਂ ਕੰਧਾਂ ਦੇ ਵਿੱਚ ਕਿੱਲ ਲਾਉਣਾ ਜਾਣਦੇ। ਅੱਜ ਪ੍ਰੂਫ ਕਰ ਦੇਣ ਦੋਨਾਂ ਟੀਮਾਂ, ਤਾਂ ਕਿ ਇਹ ਜਿਹੜੇ ਟੂਰਨਾਮੈਂਟ, ਇਹ ਜੋ ਅੱਜ ਡੌਟ ਬੈਵਰੇਜ ਦੀ ਲੜੀ ਨੂੰ ਸ਼ੁਰੂਆਤ ਕੀਤੀ ਹੈ, ਇਸ ਦੀ ਪਹਿਚਾਣ ਅਸੀਂ ਹਰ ਜਗ੍ਹਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਐਗਜ਼ਾਮਪਲ ਲੈ ਕੇ ਪੂਰੇ ਪੰਜਾਬ ਨੂੰ ਇਹ ਸੰਕੇਤ ਦਈਏ ਕਿ ਇਹ ਡੈਗਰੋ ਦੀ ਟੀਮ ਔਰ ਡੌਟ ਦੀ ਟੀਮ, ਅਗਰ ਬੰਦੇ ਦਾ ਲਕਸ਼ ਸਹੀ ਹੋਵੇ, ਦਸ਼ਾ ਦਿਸ਼ਾ ਔਰ ਦ੍ਰਿਸ਼ਟੀਕੋਣ ਜੋ ਸਾਡੇ ਵਾਈਸ ਪ੍ਰੈਸੀਡੈਂਟ ਸਾਹਿਬ ਨੇ ਸਾਨੂੰ ਸਿਖਾਇਆ ਹੈ, ਉਹਦੇ ਰਿਕਾਰਡ ਅਸੀਂ, ਜਿੱਤ ਹਮੇਸ਼ਾ ਇਨਸਾਨ ਦੇ ਸਾਹਮਣੇ ਹੁੰਦੀ ਹੈ, ਅੰਦਰੋਂ ਡਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਅੱਜ ਜਿੱਤ ਦੀ ਇੱਕ ਪਹਿਚਾਣ ਨੂੰ ਲੈ ਕੇ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਦੋਨਾਂ ਟੀਮਾਂ ਨੂੰ ਡੌਟ ਬੈਵਰੇਜ ਇੰਡੀਆ ਪ੍ਰਾਈਵੇਟ ਦੇ ਤਰਫੋਂ ਆਸ਼ੀਰਵਾਦ ਹੈ ਕਿ ਆਪਣੀ ਜਿੱਤ ਨੂੰ, ਆਪਣੇ ਲਕਸ਼ ਨੂੰ 100% ਦਿਓ ਔਰ ਕੁਛ ਹੀ ਟਾਈਮ ਦੇ ਵਿੱਚ ਇੱਥੇ ਰਿਜ਼ਲਟ ਉਹੀ ਟੀਮ ਲਏਗੀ ਜੋ ਆਪਣਾ ਦਮ ਦਿਖਾਏਗੀ। ਉਹੀ MD ਸਾਹਿਬ ਤੋਂ ਟਰਾਫੀ ਔਰ ਹਰ ਇੱਕ ਇਨਾਮ ਜੋ ਰੱਖੇ ਗਏ ਨੇ ਉਹ ਦਿੱਤੇ ਜਾਣਗੇ, ਜਿਹੜੀ ਟੀਮ ਜਿੱਤ ਦੀ ਹੱਕਦਾਰ ਹੋਏਗੀ। ਬੈਟਿੰਗ ਤੇ ਵਿਜੇ ਐਂਡ ਸੋਮਾ ਬੈਟਸਮੈਨ ਦੋਨੋਂ ਤਿਆਰ ਨੇ, ਬਹੁਤ ਵਧੀਆ ਗੇਂਦ ਦੌਰਾਨ ਆਉਂਦੇ ਹੋਏ ਬਾਲ ਦਿੱਤੀ ਜਾਵੇ, ਬਾਲ ਦਿੱਤੀ ਜਾਵੇ।
ਸਰਦਾਰ ਜਲਿੰਦਰ ਸਿੰਘ ਰਣੀਆ ਇੰਪਲੋਰ ਟ੍ਰੇਡਰਸ ਐਸੋਸੀਏਸ਼ਨ ਏਸ਼ੀਆ ਦੇ ਚੇਅਰਮੈਨ ਸਰਦਾਰ ਦਵਿੰਦਰ ਸਿੰਘ ਰਣੀਆ ਐਮਚਿਓਰ ਕ੍ਰਿਕਟ ਐਸੋਸੀਏਸ਼ਨ ਏਸ਼ੀਆ ਦੇ ਚੇਅਰਮੈਨ ਵੀ ਹਨ। ਆਉਣ ਵਾਲੇ 3 ਮਹੀਨਿਆਂ ਤੱਕ ਏਸ਼ੀਆ ਦੇ 8 ਦੇਸ਼ ਪੰਜਾਬ ਵਿੱਚ ਆ ਰਹੇ ਹਨ। ਇਹਨਾਂ ਖਿਡਾਰੀਆਂ ਵਿੱਚੋਂ ਵਧੀਆ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਵੀ ਦਿੱਤਾ ਜਾਵੇਗਾ। ਸਰਦਾਰ ਦਵਿੰਦਰ ਸਿੰਘ ਜੀ ਰਣੀਆ, ਜਿਸ ਤਰ੍ਹਾਂ ਕਿ ਅਨਾਊਂਸ ਕੀਤਾ ਗਿਆ ਹੈ, ਬਹੁਤ ਸੋਹਣਾ ਸ਼ਾਟ, ਤੁਸੀਂ 6 ਰਨ ਬਣਾ ਲਈ। ਚੱਕਦੇ ਡੌਟ, ਚੱਕਦੇ ਬਹੁਤ ਵਧੀਆ ਬੈਟਿੰਗ ਵਿਜੇ ਦੁਆਰਾ ਚੱਲ ਰਹੀ ਹੈ। ਇੱਕ ਓਵਰ ਦੀ ਸਮਾਪਤੀ ਤੇ 10 ਰਨ ਡੌਟ ਟੀਮ ਦੇ। ਮੋਗਾ ਜ਼ਿਲ੍ਹਾ ਨਿਆਰਾ ਹੈ, ਡੌਟ ਸਭਸੇ ਪਿਆਰਾ ਹੈ। ਇਸੇ ਨਾਰੇ ਦੇ ਨਾਲ ਅਸੀਂ ਡੌਟ ਨੂੰ ਪੰਜਾਬ ਨਹੀਂ ਪੂਰੇ ਏਸ਼ੀਆ ਵਿੱਚ ਪਹੁੰਚਾਉਣਾ ਹੈ, ਜੋ ਕਿ 100% ਕੈਮੀਕਲ ਫ੍ਰੀ ਪ੍ਰੋਡਕਟ ਲੈ ਕੇ ਪੰਜਾਬ ਦੀ ਧਰਤੀ ਵਿੱਚ ਆਏ ਨੇ। ਬਹੁਤ ਵਧੀਆ ਸ਼ੋਟ, ਖੇਡਿਆ ਫੀਲਡਰ ਮੌਜੂਦ, ਰਨ ਲੈਣ ਦੀ ਕੋਸ਼ਿਸ਼। ਇੱਕ ਡੌਟ ਕੰਪਨੀ ਆ ਜੀ, ਜਿਹਨੇ ਆਪਣਾ ਬਿਜ਼ਨਸ ਪੰਜਾਬ ਵਿੱਚੋਂ ਸ਼ੁਰੂ ਕੀਤਾ ਹੈ, ਤਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਤੋਂ ਦੂਰ ਰਹਿ ਸਕੇ। ਬਹੁਤ ਸੋਹਣਾ ਸ਼ੋਟ, ਦੂਜਾ ਰਨ ਭੱਜਦੇ ਹੋਏ 2 ਰਨ ਪੂਰੇ ਕਰਨਗੇ। ਸੋਮਾ ਜੀ ਆਪਦਾ 2 ਰਨ ਪੂਰੇ ਕਰਕੇ ਟੀਮ ਵਿੱਚ ਯੋਗਦਾਨ ਪਾਉਂਦੇ ਹੋਏ 12 ਰਨ ਡੋਰ ਟੀਮ ਦੇ। ਬਹੁਤ ਵਧੀਆ ਸ਼ੋਟ, ਹਵਾ ਚ ਗੇਂਦ ਬਾਹਰ ਜਾਂਦੀ ਹੋਈ ਬਾਉਂਡਰੀ ਤੋਂ। ਬਹੁਤ ਵਧੀਆ ਗੇਂਦ, ਗੇਂਦ ਨੂੰ ਫੜਨ ਦੀ ਕੋਸ਼ਿਸ਼ ਪਰ ਮਿਸ ਹੁੰਦੀ ਹੋਈ।
ਹਵਾ ਚ ਗੇਂਦ, ਫੀਲਡਰ ਮੌਜੂਦ, ਕੈਚ ਹੁੰਦਾ ਹੋਇਆ, ਸੋਮਾ ਜੀ ਆਊਟ। 6 ਰਨ ਬਣਾਉਂਦੇ ਹੋਏ ਅਗਲੇ ਬੈਟਸਮੈਨ ਮੰਗਲ ਜੀ 6 ਰਨ ਬਣਾ ਕੇ ਬਾਹਰ ਆਉਂਦੇ ਹੋਏ। ਵਿਨੋਦ, ਨੈਕਸਟ ਬੈਟਸਮੈਨ ਵਿਨੋਦ ਕੁਮਾਰ ਜੀ, ਜੋ ਕਿ ਡਿਸਟ੍ਰੀਬਿਊਟਰ ਮੋਗੇ ਦੇ। ਸਮਾਪਤੀ ਤੇ 16 ਰਨ ਡੋਟ ਟੀਮ ਦੇ। ਵਾਈਟ ਬਾਲ ਦਾ ਇਸ਼ਾਰਾ ਇੰਪਾਇਰ ਦੁਆਰਾ। 96 ਰਨ ਦਾ ਟਾਰਗੇਟ ਹੈ, 96 ਰਨ ਨੂੰ ਮੰਨ ਕੇ ਚੱਲੇ ਡੋਟ ਟੀਮ, ਬਹੁਤ ਵੱਡਾ ਲਕਸ਼ ਹੈ ਦੇਖਿਆ ਜਾਵੇ ਤਾਂ। ਪਰ ਡੋਟ ਨੇ ਹਰ ਹਾਲ ਚ ਮੈਚ ਨੂੰ ਪਾਉਣਾ ਲਈ ਪੂਰੀ ਕੋਸ਼ਿਸ਼। ਬੋਲ ਨੂੰ ਬੀਟ ਕੀਤਾ, ਫੀਲਡਰ ਮੌਜੂਦ, ਡਬਲ ਲੈਣ ਦੀ ਕੋਸ਼ਿਸ਼, 1 ਰਨ ਲਿੱਤਾ। ਬੋਲ ਨੂੰ ਘੁਮਾਦਾ, ਹਵਾ ਦੇ ਵਿੱਚ ਗੇਂਦ, ਕੋਈ ਫੀਲਡਰ ਮੌਜੂਦ ਨਹੀਂ, 2 ਰਨ ਲੈਂਦੇ ਹੋਏ, ਬਹੁਤ ਵਧੀਆ ਰਨਿੰਗ, 2 ਰਨ ਇਸ ਗੇਂਦ ਤੇ ਵਿਜੇ ਦੁਆਰਾ, ਬਹੁਤ ਵਧੀਆ ਬੈਟਿੰਗ। ਫਿਰ ਬੀਟ ਕੀਤਾ, ਹੱਥਾਂ ਦੇ ਵਿੱਚ ਗੇਂਦ, ਰਨ ਲੈਣ ਦੀ ਕੋਸ਼ਿਸ਼, ਪਰ ਨਾਮੁਮਕਿਨ ਰਹੇ। ਵਿਨੋਦ ਜੀ ਸੰਤੁਸ਼ਟ ਨਹੀਂ ਸੀ ਰਨ ਲੈਣ ਤੋਂ, ਉਹਨਾਂ ਨੇ ਮਨਾ ਕਰ ਦਿੱਤਾ। ਵਾਈਟ ਬਾਲ ਦਾ ਇਸ਼ਾਰਾ ਐਂਡ 1 ਬਾਊਂਸ। ਬਾਉਂਡਰੀ ਦੇ ਵੱਲ ਜਾਂਦੀ ਹੋਈ, 4 ਰਨਾਂ ਦੇ ਡੋਟ ਟੀਮ ਦੇ ਖਾਤੇ ਵਿੱਚ 4 ਰਨ ਜੋੜਦੇ ਵਿਜੇ ਨੇ ਲਾਇਆ ਚੌਕਾ। ਬਹੁਤ ਵਧੀਆ ਯੋਗਦਾਨ ਦੇ ਰਹੇ ਨੇ ਵਿਜੇ ਆਪਣੀ ਟੀਮ ਨੂੰ, ਜਿਤਾਉਣ ਲਕਸ਼ ਦੇ ਵੱਲ ਲੈ ਕੇ ਜਾ ਰਹੇ ਨੇ। ਉਮੀਦ ਤਾਂ ਬਣੀਆਂ ਹੋਈਆਂ ਡੋਟ ਟੀਮ ਦੀਆਂ। ਬੋਲ ਕਮਾਤੀ ਹਵਾ ਦੇ ਵਿੱਚ, ਅਗਲੇ ਕੈਚ ਵਿਜੇ ਜੀ ਬਹੁਤ ਨਿਰਾਸ਼ ਆਊਟ ਹੁੰਦੇ ਹੋਏ, ਪਹਿਲੇ ਲੋੜ ਦੇ 16 ਰਨ ਬਣਾ ਕੇ ਬਹੁਤ ਵਧੀਆ ਯੋਗਦਾਨ ਪਾਇਆ ਇਹਨਾਂ ਨੇ ਟੀਮ ਦੇ ਵਿੱਚ।
ਬਹੁਤ ਵਧੀਆ। ਅਗਲੇ ਬੈਟਸਮੈਨ ਮੰਗਲ ਜੀ, ਬਹੁਤ ਵਧੀਆ ਬੈਟਿੰਗ ਰਹੀ ਵਿਜੇ ਦੁਆਰਾ। ਬੱਲਾ ਘੁਮਾਇਆ, ਅਪੀਲ ਕੀਤੀ, ਅੰਪਾਇਰ ਸੰਤੁਸ਼ਟ ਨਹੀਂ ਅਪੀਲ ਦੁਆਰਾ। ਦੋਨੋਂ ਅੰਪਾਇਰ ਸਲਾਹ ਕਰਦੇ ਹੋਏ ਡਿਸਕਸ ਕਰਦੇ, ਆਊਟ ਆਊਟ ਦਿੱਤਾ ਗਿਆ ਅੰਪਾਇਰਾਂ ਦੁਆਰਾ। ਵਿਨੋਦ ਜੀ ਆਊਟ ਹੁੰਦੇ ਹੋਏ, ਬਹੁਤ ਹੀ ਜਲਦ ਵੇਲੀਆਂ ਲੋੜਦੇ ਵਿਨੋਦ ਜੀ, ਇੱਕ ਰਨ ਬਣਾ ਕੇ। ਟੀਮ ਦੇ ਕੈਪਟਨ ਸਾਡੇ ਡਾਇਰੈਕਟਰ ਸਾਹਿਬ ਤਰੁਣ ਜੀ ਗਰਾਊਂਡ ਦੇ ਵਿੱਚ ਪਹੁੰਚ ਗਏ। ਬੈਟਸਮੈਨ ਤਰੁਣ ਸਰ, ਵਿਨੋਦ ਇੱਕ ਦੇ, ਵਿਨੋਦ ਜੀ ਇੱਕ ਰਨ ਬਣਾ ਕੇ ਪਵੇਲੀਆਂ ਲੋੜਦੇ ਹੋਏ, ਬਹੁਤ ਮਾੜੀ ਗੱਲ ਹੈ ਟੀਮ ਦੇ ਲਈ। ਬਹੁਤ ਉਮੀਦਾਂ ਸੀ ਇਹਨਾਂ ਤੋਂ ਸਾਨੂੰ, ਪਰ ਨਿਰਾਸ਼ ਕਰ ਦਿੱਤਾ ਟੀਮ ਨੂੰ। ਵਾਈਟ ਬਾਲ, ਵਾਈਟ ਬਾਲ ਦਾ ਇਸ਼ਾਰਾ ਅੰਪਾਇਰ ਹਰਜੀਤ ਦੁਆਰਾ। ਹਰਜੀਵਨ ਸਰ, ਬੋਲ ਮਿਸ ਕਰਦੇ ਹੋਏ ਮੰਗਲ, ਬਹੁਤ ਵਧੀਆ ਬੈਟਿੰਗ ਹੈ ਇਹਨਾਂ ਦੀ, ਮੰਨੇ ਤੰਨੇ ਪਲੇਅਰ ਨੇ। ਬੋਲ ਨੂੰ ਬੀਟ ਕੀਤਾ ਪਲੇਅਰ ਮੌਜੂਦ, ਇੱਕ ਰਨ ਦਾ ਹੋਇਆ ਇਸ ਬੋਲ ਤੇ। ਬਹੁਤ ਵਧੀਆ ਰਨਿੰਗ, ਬਹੁਤ ਵਧੀਆ ਗੇਂਦ, ਆਊਟ ਦੀ ਅਪੀਲ, ਆਊਟ। ਰਿਸ਼ੂ ਬਵੇਜਾ ਜੀ
ਬੈਟਿੰਗ ਤੇ ਨੈਕਸਟ ਬੈਟਸਮੈਨ ਦੋ ਟੀਮ 28 ਸਕੋਰ ਤੇ 4 ਵਿਕਟਾਂ ਦੇ ਨੁਕਸਾਨ ਬਹੁਤ ਵਧੀਆ ਸਟੋਰ ਕਰਦੇ ਹੋਏ ਸਿੰਗਲ ਰਨ ਪਾਉਂਦਾ ਸੀ ਪਰ ਨਹੀਂ ਲਿੱਤਾ ਬੋਲ ਕਮਾ ਦਿੱਤੀ ਬਾਉਂਡਰੀ ਵੱਲ ਜਾਂਦੀ ਹੋਈ ਗੇਂਦ ਫੀਲਡਰ ਮੌਜੂਦ ਬਹੁਤ ਵਧੀਆ ਸ਼ੋਟ ਦੋ ਰਨ ਲੈਣ ਦੀ ਕੋਸ਼ਿਸ਼ ਇੱਕ ਰਨ ਲੈਣ ਸੰਤੁਸ਼ਟ ਚੱਲਦਾ ਚਾਰ ਓਵਰ ਦੀ ਸਮਾਪਤੀ 29 ਸਕੋਰ ਦੋ ਟੀਮ ਦੇ 4 ਵਿਕਟਾਂ ਬਹੁਤ ਵਧੀਆ ਸ਼ੋਟ ਸਿੰਗਲ ਲੈਣ ਦੀ ਕੋਸ਼ਿਸ਼ ਇੱਕ ਰਨ ਪੂਰਾ ਕਰਦੇ ਹੋਏ ਆਪਣਾ ਰਿਸ਼ੂ ਜੀ ਬੱਲਾ ਕਮਾਇਆ ਫੀਲਡਰ ਮੌਜੂਦ ਸਿੰਗਲ ਲੈਣਗੇ ਓਵਰ ਥਰੋ ਦੇ ਰਨ ਮਿਲਦੇ ਹੋਏ ਮਿਸ ਬਹੁਤ ਵਧੀਆ ਰਨਿੰਗ ਬਹੁਤ ਵਧੀਆ ਸ਼ੋਟ ਇੱਕ ਰਨ ਆਉਂਦਾ ਹੋਇਆ ਬਹੁਤ ਵਧੀਆ ਬੋਲ ਹਵਾ ਦੇ ਵਿੱਚ ਕੋਈ ਫੀਲਡਰ ਮੌਜੂਦ ਨਹੀਂ ਚਾਰ ਰਨ ਗੈਪ ਦੇ ਵਿੱਚੋਂ ਖੇਡਿਆ ਮੰਗਲ ਨੇ ਬਹੁਤ ਵਧੀਆ ਬਾਉਂਡਰੀ ਆਪਦੀ ਟੀਮ ਦੇ ਲਈ ਚਾਰ ਰਨ ਹਾਸਲ ਕਰਦੇ ਹੋਏ ਬਹੁਤ ਵਧੀਆ ਸ਼ੋਟ ਫੀਲਡਰ ਮੌਜੂਦ
ਹੱਥ ਦੇ ਵਿੱਚ ਗੇਂਦ ਬਹੁਤ ਵਧੀਆ ਦੋ ਰਨ ਆਉਂਦੇ ਹੋਏ ਦੋ ਰਨ ਬਹੁਤ ਵਧੀਆ ਬੈਟਿੰਗ ਰਹੀ ਦੋਨਾਂ ਪਲੇਅਰਾਂ ਦੀ ਮੰਗਲ ਐਂਡ ਰਿਸ਼ੂ ਜੀ ਇੱਥੇ ਪਾਰਟਨਰਸ਼ਿਪ ਦੀ ਲੋੜ ਹੈ ਜੋ ਕਿ ਲਕਸ਼ ਪਹੁੰਚਣ ਲਈ ਪੰਜ ਓਵਰ ਦੀ ਸਮਾਪਤੀ ਤੇ 38 ਰਨ ਦੋ ਟੀਮ ਦੇ ਚਾਰ ਵਿਕਟਾਂ ਦੇ ਨੁਕਸਾਨ ਤੇ ਵਾਈਡ ਬੋਲ ਵਨ ਬਾਉਂਸ ਬਹੁਤ ਵਧੀਆ ਸ਼ੋਟ ਫੀਲਡਰ ਮੌਜੂਦ ਬੋਲ ਲੁਕਮਾਇਆ ਫੀਲਡਰ ਮੌਜੂਦ ਥੱਲੇ ਕੈਚ ਹੁੰਦਾ ਹੋਇਆ ਇੱਕ ਹੋਰ ਹੁੰਦਾ ਹੋਇਆ ਡਾਟ ਟੀਮ ਦਾ ਇੱਕ ਹੋਰ ਝਟਕਾ ਲੱਗਦਾ ਡੋਟ ਟੀਮ ਨੂੰ ਵਿਕਰਮ ਜੀ ਨੈਕਸਟ ਬੈਟਸਮੈਨ ਪੰਜਵਾਂ ਝਟਕਾ ਡਾਟ ਟੀਮ ਨੂੰ ਰਿਸ਼ੂ ਬਵੇਜਾ ਜੀ ਦੇ ਰੂਪ ਵਿੱਚ ਵਿਕਟ ਡਿੱਗੀ ਪੰਜਵੀਂ ਉਨਤਾਲੀ ਰਨਾਂ ਤੇ ਪੰਜ ਵਿਕਟਾਂ ਡਿੱਗ ਚੁੱਕੀਆਂ ਨੇ ਬਹੁਤ ਵਧੀਆ ਸ਼ੋਟ ਫੀਲਡਰ ਮੌਜੂਦ ਇੱਕ ਰਨ ਆਏਗਾ ਅਮਿਤ ਜੀ ਜੋ ਕਿ ਮੋਗਾ ਦੇ ਇਸ ਸੋਹਣੇ ਬੈਟਿੰਗ ਤੇ ਜਾ ਰਹੇ ਨੇ ਛੇ ਵਿਕਟਾਂ ਡਿੱਗਦੀਆਂ ਹੋਈਆਂ ਦੋ ਟੀਮ ਦੀਆਂ ਬਹੁਤ ਵਧੀਆ ਸ਼ੋਟ ਹਵਾ ਦੇ ਵਿੱਚ ਗੇਂਦ ਫੀਲਡਰ ਮੌਜੂਦ ਕੈਚ ਕੀਤਾ ਪਹਿਲੀ ਬਾਲ ਤੇ ਬਾਹਰ ਆਉਂਦੇ ਹੋਏ ਪਹਿਲੀ ਬਾਲ ਤੇ ਬਾਹਰ ਆਉਂਦੇ ਹੋਏ ਅੰਮ੍ਰਿਤਸਰ ਬਿਨਾਂ ਖਾਤਾ ਖੋਲੇ ਪਵੇਲੀਅਨ ਲੋੜਦੇ ਹੋਏ ਜੀਰੋ ਰਨਾਂ ਤੇ ਬਿਨਾਂ ਖਾਤਾ ਖੋਲੇ ਪੂਰੀ ਸਰ ਮੌਕਾ ਹੀ ਨਹੀਂ ਦਿੱਤਾ ਇਹਨਾਂ ਨੂੰ ਰਨ ਲੈਣ ਦਾ ਕੈਚ ਪਹਿਲਾਂ ਹੀ ਕਰ ਲਿਆ ਬਹੁਤ ਹੀ ਨਿਰਾਸ਼ ਨੇ ਆਪਦੀ ਬੈਟਿੰਗ ਤੋਂ
6 ओवर की समाप्ति 41 रन होते हुए दो टीम ਸ਼ਰਮਾ ਜੀ ਬਿਨਾਂ ਖਾਤਾ ਖੋਲੇ ਪਵੇਲੀਅਨ ਵਾਪਸ ਆ ਰਹੇ ਹੋਏ ਧਰਮਕੋਟ ਦੇ ਡਿਸਟ੍ਰੀਬਿਊਟਰ ਜਿਹੜੇ ਕਿ ਡਾਟ ਸਾਫਟ ਡਰਿੰਕ ਦੇ ਡਿਸਟ੍ਰੀਬਿਊਟਰ ਨੇ ਧਰਮਕੋਟ ਤੋਂ ਬਹੁਤ ਵਧੀਆ ਛੋਟ ਇੱਕ ਰਨ ਲੈਂਦੇ ਹੋਏ ਬਾਏ ਦਾ ਇੱਕ ਰਨ ਸ਼ੋਟ ਗਰਾਊਂਡ ਤੋਂ ਬਾਹਰ ਜਾਂਦੀ ਹੋਈ ਗੇਂਦ 6 ਰਨ ਬਹੁਤ ਵਧੀਆ ਸਿਕਸਰ ਮੰਗਲ ਦੁਆਰਾ ਇਹੀ ਉਮੀਦਾਂ ਸੀ ਸਾਨੂੰ ਇਸ ਪਲੇਅਰ ਤੋਂ ਜ਼ਰੂਰ ਟੀਮ ਨੂੰ ਟਾਰਗੇਟ ਵੱਲ ਲੈ ਕੇ ਜਾਏਗਾ ਜਿਤਾਉਣ ਦੀ ਕੋਸ਼ਿਸ਼ ਕਰੇਗਾ ਔਰ ਉਹ ਕਰ ਵੀ ਰਿਹਾ ਵੇ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਬਹੁਤ ਵਧੀਆ ਬੈਟਿੰਗ ਬਹੁਤ ਸੋਹਣਾ ਸ਼ਾਟ ਗਰਾਊਂਡ ਤੋਂ ਬਾਹਰ ਬਾਲ ਬਹੁਤ ਵਧੀਆ ਬੈਟਿੰਗ ਚੱਲ ਰਹੀ ਹੈ ਬਹੁਤ ਬਹੁਤ ਵਜੇ ਥਰਡ ਲੈਗ ਅੰਪਾਇਰ ਬੱਲਾ ਹੱਥੋਂ ਨਿਕਲਿਆ ਬਾਲ ਬਾਲ ਵੱਜਦੇ ਹੋਏ ਸਾਡੇ ਲੈਗ ਅੰਪਾਇਰ ਗਿੱਲ ਸਾਹਿਬ ਵਾਈਟ ਬਾਲ ਦਾ ਇਸ਼ਾਰਾ ਬਹੁਤ ਵਧੀਆ ਸ਼ੋਟ ਸਿੰਗਲ ਰਨ ਔਰ ਦੋ ਟੀਮ ਦੀ 50 ਅਪ 50 ਰਨ ਪੂਰੇ ਹੁੰਦੇ ਹੋਏ ਦੋ ਟੀਮ ਦੇ 53 ਰਨ ਹੋ ਗਏ ਨੇ
ਕਲੈਪਿੰਗ। ਇਕਵੰਜਾ ਰਨ 50+1 ਸੱਤ ਓਵਰ ਦੀ ਸਮਾਪਤੀ 51 ਰਨ। ਬੋਲ ਜਾਂ ਵਾਈਟ ਬੋਲ ਹੁੰਦੀ ਹੋਈ ਬਹੁਤ ਵਧੀਆ ਸ਼ੋਟ, ਹਵਾ ਚ ਗੇਂਦ, ਕੋਈ ਫੀਲਡਰ ਮੌਜੂਦ ਨਹੀਂ, ਕੋਈ ਮੌਕਾ ਨਹੀਂ, ਇੱਕ ਰਨ ਲੈਂਦੇ ਹੋਏ ਪੂਰਾ ਕਰਦੇ ਮੰਗਲ ਜੀ। ਬਹੁਤ ਵਧੀਆ ਬੈਟਿੰਗ ਕਰ ਰਹੇ ਨੇ, 52 ਰਨ ਹੁੰਦੇ ਹੋਏ ਡੋਟ ਟੀਮ ਦੇ। ਬਹੁਤ ਵਧੀਆ ਗੇਂਦ ਬਾਏ, ਇੱਕ ਰਨ ਲੈਂਦੇ ਹੋਏ ਇੱਕ ਰਨ ਪੂਰਾ ਕਰਦੇ ਬਾਈ ਦਾ। ਵਾਈਟ ਬਾਲ ਐਂਡ ਵਨ ਬਾਉਂਸ। ਵਾਈਟ ਬਾਲ ਨਦਰ ਵਾਈਟ, ਦੋ ਲਗਾਤਾਰ ਵਾਈਟ ਹੁੰਦੀਆਂ ਹੋਈਆਂ ਗੇਂਦਾਂ। ਵਾਈਟ ਬਾਲ, ਤਿੰਨ ਬਾਲਾਂ ਲਗਾਤਾਰ ਵਾਈਟ। ਬਹੁਤ ਵਧੀਆ ਸ਼ੋਟ, ਫੀਲਡਰ ਮੌਜੂਦ, ਉੱਤਰ ਹੀ ਫੀਲਡਰ ਦੇ 4 ਰਨ, ਗੁੱਡ ਸ਼ੋਟ ਦੁਆਰਾ 4 ਰਨ ਲੱਗਦੇ ਹੋਏ। ਸੱਠ ਸਕੋਰ ਪੂਰੇ ਕਰਦੀ ਸੀ ਡੋਟ ਟੀਮ। ਮਿਲਖਾ ਸਿੰਘ ਗਰਾਊਂਡ 'ਚ ਡੋਟ ਦਾ ਝੰਡਾ ਲਹਿਰਾ ਰਹੇ ਨੇ। ਵਾਈਟ ਬਾਲ, ਇੱਕ ਹੋਰ ਵਾਈਡ ਇਸ ਓਵਰ ਦੀ, ਬਹੁਤ ਹੀ ਖੂਬਸੂਰਤ ਓਵਰ ਡੋਟ ਟੀਮ ਲਈ। ਸਾਡੇ ਮਿਲਖਾ ਸਿੰਘ ਜੀ ਡੋਟ ਟੀਮ ਦਾ ਝੰਡਾ ਲਹਿਰਾਉਂਦੇ ਹੋਏ ਗਰਾਊਂਡ ਦੇ ਵਿੱਚ। ਬਹੁਤ ਵਧੀਆ ਸ਼ੋਟ, ਸਟੇਜ ਛੋੜ ਜਾਂਦਾ ਹੋਇਆ, ਚਾਰ ਰਨ ਮੰਗਲ ਦੁਆਰਾ। ਬਹੁਤ ਵਧੀਆ ਬੈਟਿੰਗ, ਇਹੋ ਜਿਹੀ ਬੈਟਿੰਗ ਕਿਤੇ ਨੀ ਦੇਖਣੀ ਮਿਲ ਦੇਖਣ ਨੂੰ ਮਿਲਦੀ। ਹੁੰਦੇ ਹੋਏ ਡੋਟ ਟੀਮ ਦੇ। ਬਹੁਤ ਵਧੀਆ ਸ਼ੋਟ, ਸਿੰਗਲ ਰਹਿੰਦੇ ਹੋਏ। ਸਟ੍ਰਾਈਕ ਰੋਟੇਟ ਕਰਦੇ ਹੋਏ ਓਵਰ ਦੀ ਸਮਾਪਤੀ, 8 ਓਵਰ ਦੀ ਸਮਾਪਤੀ ਦੇ 66 ਰਨ।
12 ਬੋਲਾਂ 30 ਰਨ ਚਾਹੀਦੇ ਨੇ ਮੈਚ ਪੂਰਾ ਇੰਟਰਸਟਿੰਗ 15 ਦੀ ਸਟ੍ਰਾਈਕ ਨਾਲ ਡਾਟ ਟੀਮ ਨੂੰ ਚਾਹੀਦੇ ਨੇ 30 ਰਨ ਮੰਗਲ ਜੀ ਸਟ੍ਰਾਈਕ ਤੇ ਨੇ ਕੁਝ ਵੀ ਹੋ ਸਕਦਾ ਹੈ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਿਡ ਦਾ ਝੰਡਾ ਲਹਿਰਾਉਂਦਾ ਹੋਇਆ ਇਸ ਪਿੰਡ ਦਾ ਬਹੁਤ ਹੀ ਪਿਆਰਾ ਬੱਚਾ ਜੋ ਕਿ ਆਪਣੇ ਸ਼ੌਂਕ ਨਾਲ ਦੌੜ ਕੇ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਜੋ ਪਲੇਅਰ ਬੈਟਸਮੈਨ ਬੈਟਸ ਕਰ ਰਹੇ ਨੇ ਉਹਨਾਂ ਨੂੰ ਇਹ ਸੰਕੇਤ ਦਿੰਦਾ ਹੋਇਆ ਕਿ ਜਿੱਤੋ ਬਹੁਤ ਵਧੀਆ ਸ਼ੋਟ ਪਾਂਚ ਗੇਂਦ ਫੀਲਡਰ ਮੌਜੂਦ ਮੰਗਲ ਜੀ ਆਊਟ ਹੁੰਦੇ ਹੋਏ ਬਹੁਤ ਵੱਡਾ ਝਟਕਾ ਲੱਗਿਆ ਦੋ ਟੀਮ ਨੂੰ ਇਸ ਪਲੇਅਰ ਦੁਆਰਾ ਬਹੁਤ ਨਿਰਾਸ਼ ਨੇ ਦੋ ਟੀਮ ਬਹੁਤ ਵਧੀਆ ਬੈਟਿੰਗ ਰਹੀ ਇਸ ਪਲੇਅਰ ਦੀ 28 ਰਨ ਬਣਾ ਕੇ ਪਲੇਅਰ ਸਾਰੇ ਹੀ ਜਿੱਤ ਦੇ ਲਈ ਹਰੇਕ ਪਲੇਅਰ ਆਪਣੀ ਪਹਿਚਾਣ ਹੁੰਦਾ ਹੈ ਅੱਜ ਇਹ ਜੋ ਗੱਭਰੂ ਆਪਣੀ ਇੱਕ ਬੈਟਿੰਗ ਦੀ ਪਿੱਚ ਤੇ ਜਾ ਕੇ ਉਹ ਇਤਿਹਾਸ ਰਚਣ ਜਾ ਰਿਹਾ ਹੈ ਔਰ ਜੋ ਬੈਟਸਮੈਨ ਬੈਟਸ ਕਰਕੇ ਆਏ ਨੇ ਉਹਨਾਂ ਦੇ ਉਹਨਾਂ ਨੂੰ ਡੋਟ ਉਹਨਾਂ ਨੂੰ ਬਹੁਤ ਹੀ ਜਿਉਂ ਆਖਦਾ ਬਹੁਤ ਅੱਛੀ ਬੈਟਿੰਗ ਕੀਤੀ ਹੈ ਔਰ ਜੋ ਬੈਟਿੰਗ ਕਰ ਰਹੇ ਨੇ ਤਨ ਮਨ ਦਿਲ ਦੇ ਨਾਲ ਕਰਨ ਜਿੱਤ ਕਦੇ ਦੂਰ ਨਹੀਂ ਹੁੰਦੀ ਡਰ ਕੇ ਨਹੀਂ ਜਿੱਤ ਜਿੱਤ ਕੇ ਜਿੱਤੀ ਜਾਂਦੀ ਹੈ ਬਹੁਤ ਹੀ ਪਿਆਰਾ ਬੱਚਾ ਦੌੜ ਦਾ ਝੰਡਾ ਜਦੋਂ ਚੌਕਾ ਲੱਗੇਗਾ ਬੇਟਾ ਫਿਰ ਜਾਣਾ ਹੈ ਚੌਕਾ ਛਿੱਕਾ ਲੱਗੇ ਦੋ ਤੁਸੀਂ ਥੋੜੀ ਦੌੜ ਆਪਣੀ ਲਗਾਉਣੀ ਹੈ ਬਹੁਤ ਹੀ ਪਿਆਰਾ ਬੱਚਾ ਗੋਪੀ ਵਿਕਟ ਡਿੱਗਦੀ ਹੋਈ ਡੋਟ ਬੈਵਰੇਜ ਦਾ ਝੰਡਾ ਲਹਿਰਾਉਂਦਾ ਹੋਇਆ ਇੱਕ ਪਿਆ ਵੀਰੇ ਇੱਕ ਵਿਕਟ ਪਈ ਲਾਸਟ ਜੋੜੀ ਡਗਰੂ ਟੀਮ ਦਾ ਬਹੁਤ ਵਧੀਆ ਪ੍ਰਦਰਸ਼ਨ ਬਹੁਤ ਹੀ ਅੱਛਾ ਲਕਸ਼ ਡਗਰੂ ਟੀਮ ਦਾ ਜਿਨ੍ਹਾਂ ਨੇ ਆਪਣੀ ਗੇਮ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖੇਡਿਆ ਗੇਮ ਹੁੰਦੀ ਹੀ ਸਹਿਜ ਦੇ ਨਾਲ ਖੇਡਣ ਵਾਸਤੇ ਹੈ ਜੋ ਸਹਿਜ ਕਰਦਾ ਹੈ ਉਹ ਮੈਦਾਨ 'ਤੇ ਟਿਕਦਾ ਹੈ ਔਰ ਅੱਜ ਜੋ ਡਗਰੂ ਟੀਮ ਨੇ ਇਹ ਪ੍ਰੂਫ ਕੀਤਾ ਹੈ ਡੋਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਿਡ ਇਹ ਦੋਨਾਂ ਹੀ ਟੀਮਾਂ ਨੂੰ ਆਪਣਾ ਪਿਆਰ ਦਿੰਦਾ ਹੋਇਆ ਅਤੇ ਸਰਦਾਰ ਰੁਪਿੰਦਰ ਸਿੰਘ ਜੀ ਜੋ ਪੰਜਾਬ ਦੀ ਧਰਤੀ ਮੋਗਾ ਜ਼ਿਲ੍ਹਾ ਦੇ ਸੁਪਰ ਸਟਾਕਿਸਟ ਬੈਟਿੰਗ ਕਰਦੇ ਹੋਏ
ਇਹਨਾਂ ਨੇ ਦੌੜ ਦੀ ਬੈਟਿੰਗ ਬਹੁਤ ਤਕੜੀ ਕੀਤੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਇੱਥੇ ਵੀ ਆਪਣੀ ਅੱਛੀ ਬੈਟਿੰਗ ਦਾ ਪ੍ਰਦਰਸ਼ਨ ਦੇਣਗੇ। ਗੋਪੀ ਜਿਹਦਾ ਕਿ ਸ਼ਾਰਟ ਨੇਮ ਮਿਲਖਾ ਪਾਇਆ ਗਿਆ ਹੈ, ਬਹੁਤ ਵਧੀਆ ਸ਼ੋਟ ਜਤਿਨ ਦੁਆਰਾ। ਹਵਾ ਦੇ ਵਿੱਚ ਸ਼ੋਟ ਜਤਿਨ ਨੇ ਖੇਡ ਦਿੱਤਾ, ਬਾਉਂਡਰੀ ਦੀ ਗੱਲ ਹੁੰਦੀ ਹੋਈ ਗੇਮ, ਫੀਲਡਰ ਪਿੱਛੇ ਦੋ ਰਨ ਪੂਰੇ ਕਰਦੇ ਹੋਏ ਜਤਿਨ ਜੀ ਆਪਦੇ ਤੀਜਾ ਰਨ ਓਵਰ ਥਰੋ ਦਾ ਮਿਲਦਾ ਹੋਇਆ ਇੱਥੇ ਬਹੁਤ ਵਧੀਆ। ਚੌਥਾ ਰਨ ਵੀ ਓਵਰ ਥਰੋ ਦਾ ਲੈਣ ਦੀ ਕੋਸ਼ਿਸ਼ ਪਰ ਜਤਿਨ ਜੀ ਵੱਲੋਂ ਰੁਪਿੰਦਰ ਜੀ ਸੰਤੁਸ਼ਟ ਨਹੀਂ ਸੀ ਚੌਥਾ ਰਨ ਲੈਣ ਵਾਸਤੇ। ਬਹੁਤ ਵਧੀਆ ਸ਼ੋਟ ਖੇਡਿਆ ਜਤਿਨ ਨੇ। ਬਹੁਤ ਵਧੀਆ ਸ਼ੋਟ ਖੇਡਿਆ ਰੁਪਿੰਦਰ ਨੇ ਬੋਲ। 71 ਸਕੋਰ ਹੁੰਦੇ ਹੋਏ ਦੋ ਟੀਮ ਦੇ ਔਰ ਇਹ ਲਾਸਟ ਵਿਕਟ ਜਤਿਨ ਦੇ ਰੂਪ ਵਿੱਚ ਡਿੱਗਦੀ ਹੋਈ ਬੋਲਟ ਮਾਰਿਆ। ਡਗਰੂ ਟੀਮ ਵਿਨ ਕਰਦੀ ਹੋਈ ਫਾਈਨਲ ਮੈਚ, ਖੁਸ਼ੀ ਮਨਾ ਰਹੀ ਹੈ ਡਗਰੂ ਟੀਮ ਗਰਾਊਂਡ ਦੇ ਵਿੱਚ, ਬਹੁਤ ਜ਼ਿਆਦਾ ਖੁਸ਼ੀ। ਡਗਰੂ ਟੀਮ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਡਗਰੂ ਟੀਮ ਨੂੰ ਦੋ ਟੀਮ ਵੱਲੋਂ। ਮਲਕੀਤ ਸਿੰਘ ਜੀ ਧਰਮਕੋਟ ਦੇ ਡਿਸਟ੍ਰੀਬਿਊਟਰ। ਸਨਮਾਨ ਚਿੰਨ੍ਹ ਦਵਿੰਦਰ ਸਿੰਘ ਰਣੀਆ ਜੀ ਨੂੰ ਭੇਟ ਕਰਾਂਗੇ। ਸਨਮਾਨ ਚਿੰਨ੍ਹ